ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਆਪਣੇ ਹੱਕਾਂ ਦੇ ਲਈ ਡਟ ਕੇ ਬੈਠੇ ਕਿਸਾਨਾਂ ਦੇ ਮੋਰਚਿਆਂ ਦਾ ਅੱਜ 25ਵਾਂ ਦਿਨ ਹੈ ਤੇ ਅੱਜ ਮੋਰਚਿਆਂ ਦੀ ਕਮਾਨ ਬੀਬੀਆਂ ਦੇ ਹੱਥ ਰਹੇਗੀ ਕਿਉਂਕਿ ਕਿਸਾਨ ਲੀਡਰਾਂ ਨੇ ਅੱਜ ਕੌਮਾਂਤਰੀ ਨਾਰੀ ਦਿਹਾੜਾ ਹੋਣ ਕਰਕੇ ਇਹ ਦਿਨ ਬੀਬੀਆਂ ਨੂੰ ਸਮਰਪਿਤ ਕੀਤਾ ਹੈ ਕੱਲ ਵੀ ਬਾਰਡਰਾਂ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਡਟੇ ਰਹੇ ਅੱਜ ਮੰਚਾਂ ਦਾ ਸੰਚਾਲਨ ਵੀ ਬੀਬੀਆਂ ਵੱਲੋਂ ਕੀਤਾ ਜਾਵੇਗਾ ਤਿਆਰੀਆਂ ਪੂਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਕਿਸਾਨ ਲੀਡਰਾਂ ਸਰਵਣ ਸਿੰਘ ਪੰਦੇਜ ਜਗਜੀਤ ਸਿੰਘ ਢੱਲੇਵਾਲ ਸੁਰਜੀਤ ਸਿੰਘ ਫੂਲ ਮਨਜੀਤ ਸਿੰਘ ਰਾਏ ਤੇ ਹੋਰਨਾ ਸਮੇਤ ਦੇਸ਼ ਭਰ ਦੀਆਂ ਬੀਬੀਆਂ ਨੂੰ ਅਪੀਲ ਕੀਤੀ ਗਈ ਕਿ ਵੱਡੀ ਗਿਣਤੀ ਵਿੱਚ ਅੱਜ ਤੇ ਦਿਨ ਬਾਰਡਰਾਂ ਤੇ ਪਹੁੰਚੋ ਕੱਲ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚੋਂ ਬੀਬੀਆਂ ਪਹੁੰਚ ਵੀ ਚੁੱਕੀਆਂ ਨੇ ਤੇ ਅੱਜ ਕੁਝ ਹੋਰ ਸੂਬਿਆਂ ਤੋਂ ਵੀ ਔਰਤਾਂ ਇਹਨਾਂ ਮੋਰਚਿਆਂ ਦੇ ਵਿੱਚ ਆਪਣੀ ਹਾਜ਼ਰੀ ਲਵਾਉਣਗੀਆਂ ਕਿਸਾਨ ਲੀਡਰਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਮਤੇ ਪਾ ਕੇ ਹਰੇਕ ਪਿੰਡ ਦੇ ਵਿੱਚੋਂ ਇੱਕ ਇੱਕ ਟਰਾਲੀ ਭੇਜਣ ਦੀ ਵੀ ਅਪੀਲ ਕੀਤੀ ਗਈ ਕਿਸਾਨ ਲੀਡਰ ਸਰਵੰਤ ਸਿੰਘ ਪੰਦੇਰ ਨੇ ਵੀ ਅੱਜ ਤੜਕੇ ਤੜਕੇ ਜਾਣਕਾਰੀ ਦਿੱਤੀ ਹੈ ਕਿ ਅੱਜ ਦੇ ਕੀ ਕੁਝ ਪ੍ਰੋਗਰਾਮ ਰਹਿਣਗੇ ਅੱਜ ਜਿ세 ਇੱਥੇ ਮਤਾਵਾ ਪੈਣਾ ਦਾ ਦਿਹਾੜਾ ਮਨਾਉਣਾ ਹੈ ਔਰ ਵੱਡੇ ਪੱਧਰ ਤੇ ਮਤਾਵਾ ਪੈਣਾ ਨੂੰ ਪਹੁੰਚਣ ਦੀ ਅਪੀਲ ਹੈ ਬਹੁਤ ਸਾਰੀਆਂ ਮਤਾਵਾ ਪੈਣਾਂ ਅੱਜ ਰਾਤ ਦੀ ਇੱਥੇ ਪੁੱਜ ਗਈਆਂ ਨੇ ਸੋ ਔਰਤ ਦਾ ਇਸ ਮੋਰਚੇ ਨੂੰ ਜਿੱਤਣ ਵਿੱਚ ਕੀ ਮਹੱਤਵਪੂਰਨ ਯੋਗਦਾਨ ਹੋਊਗਾ ਇਹ ਵਿਚਾਰ ਚਰਚਾ ਹੋਊਗੀ ਹਰ ਪਿੰਡ ਦੇ ਵਿੱਚ ਜਿੱਥੇ-ਜਿੱਥੇ ਕੋਈ ਕਰ ਰਹੇ ਨਾ ਜਿਨ੍ਹਾਂ ਦੀ ਹਾਜ਼ਰੀ ਨਾ ਲੱਗੇ ਔਰ ਲੋਕਾਂ ਨੇ ਫੈਸਲੇ ਕਰਕੇ ਜ਼ਖਿਆਂ ਦੀ ਵੰਡ ਕਰਕੇ ਔਰ ਇਸ ਮੋਰਚੇ ਨੂੰ ਲੰਮਾ ਲੜਨ ਦੀ ਤਿਆਰੀ ਕਰ ਲਈ ਹੈਗੀ ਔਰ ਤੁਸੀਂ ਜੇ ਹਾਕਮ ਨੂੰ ਹਰਾਉਣਾ ਹੈਗਾ ਤੇ ਲੰਮੇ ਦਾਤੋਂ ਹਰਾ ਸਕਦੇ ਹੋ ਔਰ ਮੈਨੂੰ ਪੂਰੀ ਆਸ ਆ ਵੀ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਆ ਮੋਦੀ ਸਰਕਾਰ ਨੂੰ ਦੁਬਾਰਾ ਫਿਰ ਧੂੜ ਚਟਾਵਾਂਗੇ ਉਧਰ ਕੱਲ ਕਿਸਾਨੀ ਸੰਘਰਸ਼ ਦੇ ਮੁੱਦੇ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਜਿਸ ਦਰਮਿਆਨ ਹਾਈ ਕੋਰਟ ਦੇ ਜੱਜ ਸਾਹਿਬਾਨਾਂ ਨੇ ਨੌਜਵਾਨ ਕਿਸਾਨ ਸ਼ੁਕਰਨ ਦੀ ਜਾਨ ਜਾਣ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਨੇ ਸੇਵਾਮੁਕਤ ਜੱਜ ਤੇ ਪੰਜਾਬ ਹਰਿਆਣਾ ਦੇ ਏਡੀਜੀਪੀ ਰੈਂਕ ਦੇ ਅਧਿਕਾਰੀ ਜਾਂਚ ਕਰਨਗੇ ਤਿੰਨ ਜਣਿਆਂ ਦੀ ਜਾਂਚ ਕਮੇਟੀ ਬਣਾਉਣ ਦੇ ਹਾਈ ਕੋਰਟ ਨੇ ਆਰਡਰ ਦਿੱਤੇ ਨੇ 21 ਫਰਵਰੀ ਨੂੰ ਖਨੌਰੀ ਬਾਰਡਰ ਤੇ ਸਰਕਾਰ ਦੀ ਗੋਲੀ ਨਾਲ ਸ਼ੁਭਕਰਨ ਸਿੰਘ ਦੀ ਜਾਨ ਚਲੀ ਗਈ ਸੀ ਉਸ ਦੇ ਕਰੀਬ 15 ਦਿਨਾਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਉਸ ਦੀ ਜਾਨ ਜਾਣ ਦੀ ਨਿਆਂਇਕ ਜਾਂਚ ਦੇ ਆਰਡਰ ਕੀਤੇ ਨੇ ਅਦਾਲਤ ਨੇ ਇਹ ਵੀ ਸਾਫ਼ ਕੀਤਾ ਹੈ ਕਿ ਸਪਸ਼ਟ ਕਾਰਨਾ ਕਰਕੇ ਜਾਂਚ ਪੰਜਾਬ ਜਾਂ ਹਰਿਆਣਾ ਨੂੰ ਨਹੀਂ ਸੌਂਪੀ ਜਾ ਸਕਦੀ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਤੇ ਜਸਟਿਸ ਲਪਤਾ ਬੈਨਰਜੀ ਦੇ ਡਿਵੀਜ਼ਨ ਬੈਂਚ ਨੇ ਹਾਈ ਕੋਰਟ ਦੇ ਸੇਵਾਮੁਕਤ ਜੱਜ ਅਤੇ ਹਰਿਆਣਾ ਤੇ ਪੰਜਾਬ ਦੇ ਦੋ ਏਡੀਜੀਪੀ ਰੈਂਕ ਦੇ ਅਫਸਰਾਂ ਵਾਲੀ ਤਿੰਨ ਮੈਂਬਰੀ ਕਮੇਟੀ ਕਾਇਮ ਕਰ ਦਿੱਤੀ ਹੈ ਤੇ ਸ਼ਾਮ 4 ਵਜੇ ਤੱਕ ਸੂਬਿਆਂ ਨੂੰ ਨਾਮ ਪੇਸ਼ ਕਰਨ ਦੀ ਹਦਾਇਤ ਦਿੱਤੀ ਸੁਣਵਾਈ ਦਰਮਿਆਨ ਚੀਫ ਜਸਟਿਸ ਗੁਰਪ੍ਰੀਤ ਸਿੰਘ ਸੰਦਾਵਾਲੀਆ ਨੇ ਕਿਸਾਨ ਲੀਡਰਾਂ ਦੇ ਖਿਲਾਫ ਵੀ ਬਹੁਤ ਹੀ ਸਖਤ ਅਤੇ ਤਲਖ ਟਿੱਪਣੀਆਂ ਕੀਤੀਆਂ ਦਰਅਸਲ ਜਿਵੇਂ ਹੀ ਹਰਿਆਣਾ ਸਰਕਾਰ ਨੇ ਕਿਸਾਨੀ ਸੰਘਰਸ਼ ਨੂੰ ਲੈ ਕੇ ਅਦਾਲਤ ਵਿੱਚ ਇੱਕ ਐਲਬਮ ਸੌਂਪੀ ਵੀਡੀਓ ਸੌਂਪੀਆਂ ਚੀਫ ਜਸਟਿਸ ਉਹਨਾਂ ਨੂੰ ਵੇਖ ਕੇ ਗੁੱਸੇ ਵਿੱਚ ਆ ਗਏ ਉਹਨਾਂ ਨੇ ਕਿਸਾਨ ਲੀਡਰਾਂ ਤੇ ਇੱਕ ਤੋਂ ਬਾਅਦ ਇੱਕ ਤਲਖ ਟਿੱਪਣੀ ਕੀਤੀ ਸੰਦਾ ਵਾਲਿਆਂ ਨੇ ਕਿਹਾ ਕਿ ਸ਼ਰਮ ਦੀ ਗੱਲ ਹੈ ਤੁਸੀਂ ਆਪਣੇ ਬੱਚਿਆਂ ਨੂੰ ਸੰਘਰਸ਼ ਦੇ ਵਿੱਚ ਮੂਹਰੇ ਕਰ ਰਹੇ ਹੋ ਬੱਚਿਆਂ ਦੀ ਆੜ ਵਿੱਚ ਪ੍ਰਦਰਸ਼ਨ ਕਰ ਰਹੇ ਹੋ ਹੱਥਾਂ ਵਿੱਚ ਤਲਵਾਰਾਂ ਫੜ ਕੇ ਕੌਣ ਸ਼ਾਂਤੀ ਨਾਲ ਪ੍ਰਦਰਸ਼ਨ ਕਰਦਾ ਹੈ ਕੀ ਪ੍ਰਦਰਸ਼ਨਕਾਰੀ ਕੋਈ ਜੰਗ ਕਰਨਾ ਚਾਹੁੰਦੇ ਨੇ ਕੀ ਇਹ ਸ਼ਾਂਤੀਪੂਰਨ ਪ੍ਰਦਰਸ਼ਨ ਹੈ ਤੁਹਾਨੂੰ ਕੋਰਟ ਵਿੱਚ ਖੜੇ ਹੋਣ ਦਾ ਅਧਿਕਾਰ ਨਹੀਂ ਹੈ ਕਿਸਾਨ ਲੀਡਰਾਂ ਨੂੰ ਤਾਂ ਗ੍ਰਿਫਤਾਰ ਕਰਕੇ ਕਹਿੰਦੇ ਚन्नई ਭੇਜਣਾ ਚਾਹੀਦਾ ਇਹ ਪੰਜਾਬ ਦਾ ਸੱਭਿਆਚਾਰੀ ਨਹੀਂ ਹੈ ਕਹਿੰਦੇ ਕੋਵਿਡ ਦੌਰਾਨ ਨਿਹੰਗ ਸਿੰਘਾ ਨੇ ਇੱਕ ਪੁਲਿਸ ਵਾਲੇ ਦਾ ਵੀ ਹੱਥਵਾੜ ਦਿੱਤਾ ਸੀ। ਅਦਾਲਤ ਵਿੱਚ ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਵੀ ਮੌਜੂਦ ਸਨ। ਉਹਨਾਂ ਨੇ ਵੀ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਚੱਲੀਆਂ ਗੋਲੀਆਂ ਨੂੰ ਲੈ ਕੇ ਇੱਕ ਪਟੀਸ਼ਨ ਦਾਇਰ ਕੀਤੀ ਸੀ। ਤੇ ਅਦਾਲਤ ਨੇ ਸੁਣਵਾਈ ਦਰਮਿਆਨ ਸਿਰਫ ਕਿਸਾਨਾਂ ਨੂੰ ਹੀ ਫਟਕਾਰ ਨਹੀਂ ਲਾਈ ਬਲਕਿ ਪੰਜਾਬ ਤੇ ਹਰਿਆਣਾ ਸਰਕਾਰਾਂ ਨੂੰ ਵੀ ਕਿਹਾ ਕਿ ਤੁਸੀਂ ਵੀ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾਈ। ਪਿਛਲੀ ਸੁਣਵਾਈ ਦੌਰਾਨ ਚੀਫ ਜਸਟਿਸ ਨੇ ਹਰਿਆਣਾ ਸਰਕਾਰ ਨੂੰ ਵੀ ਤਕੜੀ ਫਟਕਾਰ ਲਾਈ ਸੀ ਤੇ ਜਿਹੜੀ ਹੁਣ ਤਾਜ਼ਾ ਸੁਣਵਾਈ ਹੋਈ ਹੈ ਇਸ ਵਿੱਚ ਅਦਾਲਤ ਦੀਆਂ ਟਿੱਪਣੀਆਂ ਤੇ ਕਿਸਾਨ ਲੀਡਰਾਂ ਦਾ ਬਿਆਨ ਵੀ ਸਾਹਮਣੇ ਆਇਆ ਹੈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਲੀਡਰ ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਹਾਲਾਂਕਿ ਮੈਂ ਸ਼ੰਭੂ ਤੇ ਖਨੌਰੀ ਸੰਘਰਸ਼ ਦਾ ਹਿੱਸਾ ਤਾਂ ਨਹੀਂ ਹਾਂ ਪਰ ਹਰਿਆਣਾ ਨੇ ਇੱਕ ਤਰਫਾ ਤਸਵੀਰਾਂ ਦਿਖਾਈਆਂ ਨੇ ਅਸੀਂ ਅਦਾਲਤ ਦੀ ਟਿੱਪਣੀ ਨਾਲ ਸਹਿਮਤ ਨਹੀਂ ਹਾਂ ਕਿ ਨੌਜਵਾਨ ਕਿਸਾਨ ਨਹੀਂ ਹੁੰਦੇ ਜਿਹੜੇ ਜਿਹੜਾ ਬੱਚਾ ਕਿਸਾਨ ਦੇ ਘਰ ਪੈਦਾ ਹੋਇਆ ਉਹ ਕਿਸਾਨ ਹੀ ਹੈ ਸਾਡਾ ਸੰਘਰਸ਼ ਸ਼ੁਰੂ ਤੋਂ ਹੀ ਸ਼ਾਂਤੀਪੂਰਨ ਸੀ ਅਸੀਂ 2 ਸਾਲ ਪਹਿਲਾਂ ਵੀ ਇਹ ਸਾਬਤ ਕੀਤਾ ਸੀ ਕਿ ਅਸੀਂ ਸ਼ਾਂਤੀਪੂਰਨ ਜੰਗ ਜਿੱਤੀ ਕਿਸਾਨ ਲੀਡਰ ਹਰਿੰਦਰ ਸਿੰਘ ਲਖੋਵਾਲ ਨੇ ਵੀ ਅਦਾਲਤ ਦੀ ਟਿੱਪਣੀ ਤੇ ਹਰਾਨੀ ਪ੍ਰਗਟਾਉਂਦੇ ਆ ਕਿਹਾ ਕਿ ਅਦਾਲਤ ਜੇ ਸਾਾਨੂੰ ਜੇਲ੍ਹ ਚ ਪਾਉਣਾ ਚਾਹੁੰਦੀ ਹੈ ਤਾਂ ਅਸੀਂ ਤਿਆਰ ਹਾਂ ਅਸੀਂ ਹਮੇਸ਼ਾ ਸ਼ਾਂਤੀਪੂਰਨ ਅੰਦੋਲਨ ਦੇ ਹੱਕ ਵਿੱਚ ਰਹਾਂਗੇ ਤੁਸੀਂ ਕਹਿੰਦੇ 14 ਮਾਰਚ ਨੂੰ ਦਿੱਲੀ ਵਿੱਚ ਸਾਡਾ ਪ੍ਰਦਰਸ਼ਨ ਦੇਖ ਲਿਓ ਅਸੀਂ ਬਿਨਾਂ ਹਥਿਆਰਾਂ ਦੇ ਦਿੱਲੀ ਜਾਵਾਂਗੇ ਹਰਿਆਣਾ ਸਰਕਾਰ ਨੇ ਜਿਹੜੀਆਂ ਤਸਵੀਰਾਂ ਦਿਖਾਈਆਂ ਨੇ ਉਹ ਉਹ ਗਲਤ ਨੇ ਇੱਕ ਪਾਸੜ ਨੇ ਅਗਲੀ ਸੁਣਵਾਈ ਦੇ ਵਿੱਚ ਅਸੀਂ ਕਹਿੰਦੇ ਅਦਾਲਤ ਦੇ ਸਾਹਮਣੇ ਅਸਲੀ ਤਸਵੀਰਾਂ ਰੱਖਾਂਗੇ ਕਿਸਾਨ ਮੋਰਚੀ ਦੀ ਅਗਵਾਈ ਕਰਨ ਵਾਲੇ ਲੀਡਰਾਂ ਦੇ ਬਿਆਨ ਵੀ ਆ ਗਏ ਨੇ ਖਨੌਰੀ ਬਾਰਡਰ ਤੋਂ ਜਗਜੀਤ ਸਿੰਘ ਡੱਲੇਵਾਲ ਨੇ ਇਲਜ਼ਾਮ ਲਾਇਆ ਕਿ ਹਰਿਆਣਾ ਦੀ ਪੁਲਿਸ ਨੇ ਹਾਈ ਕੋਰਟ ਨੂੰ ਗੁੰਮਰਾਹ ਕੀਤਾ ਹੈ। ਉਹਨਾਂ ਕਿਹਾ ਕਿ ਹਰਿਆਣਾ ਪੁਲਿਸ ਨੇ ਇੱਕ ਪਾਸੜ ਤੱਥ ਪੇਸ਼ ਕੀਤੇ ਨੇ, ਗਲਤ ਤੱਥ ਪੇਸ਼ ਕੀਤੇ ਨੇ। ਕਹਿੰਦੇ ਪੁਲਿਸ ਦੇ ਜਵਾਨਾਂ ਨੇ ਸਿਵਲ ਕੱਪੜਿਆਂ ਦੇ ਵਿੱਚ ਸਾਡੇ ਕਿਸਾਨਾਂ ਤੇ ਗੋਲੀਆਂ ਚਲਾਈਆਂ, ਟਰੈਕਟਰ ਟਰਾਲੀਆਂ ਤੇ ਹੋਰ ਵਾਹਨਾਂ ਦੀ ਭੰਨ ਤੋੜ ਵੀ ਕੀਤੀ ਗਈ। ਸਾਡੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਅਸੀਂ 10 ਮਿੰਟਾਂ ਦੇ ਵਿੱਚ ਹੀ ਸਾਰਾ ਕੁਝ ਹਟਾ ਕੇ ਅੱਗੇ ਲੰਘ ਸਕਦੇ ਸੀ ਪਰ ਅਸੀਂ ਸ਼ਾਂਤ ਰਹੇ ਕਿਉਂਕਿ ਅਸੀਂ ਸ਼ਾਂਤ ਰਹਿਣਾ ਜਾਣਦੇ ਹਾਂ ਉਹਨਾਂ ਕਿਹਾ ਕਿ ਕਿਸਾਨਾਂ ਦਾ ਪੱਖ ਵੀ ਅਸੀਂ ਆਪਣੇ ਵਕੀਲਾਂ ਰਾਹੀਂ ਅਦਾਲਤ ਵਿੱਚ ਰੱਖਾਂਗੇ ਸਾਡੀ ਮਾਨਯੋਗ ਹਾਈ ਕੋਰਟ ਨੂੰ ਇਸ ਗੱਲ ਦਾ ਧਿਆਨ ਲੈਣਾ ਚਾਹੀਦਾ ਹੈ ਸੰਕੇਨ ਲੈਣਾ ਚਾਹੀਦਾ ਹੈ ਕਿ ਪਹਿਲੇ ਦਿਨਾਂ ਚ ਹੀ ਅਸੀਂ ਇੱਕ ਪੁਲਿਸ ਦਾ ਜਵਾਨ ਫੜ ਕੇ ਪੰਜਾਬ ਪੁਲਿਸ ਨੂੰ ਦਿੱਤਾ ਹੈ ਔਰ ਉਹਦੀ ਇਹ ਵੀ ਗੱਲ ਆਈ ਹੈ ਕਿ ਉਹਦੀ ਡੀਆਈਜੀ ਪਟਿਆਲਾ ਉਹਦੀ ਨਿਕੋਰੀ ਕਰ ਰਹੇ ਨੇ ਅਜੇ ਤੱਕ ਮੈਂ ਪੰਜਾਬ ਗਵਰਨਮੈਂਟ ਦਾ ਫੇਲਿਅਰ ਕਹਾਂਗਾ ਕਿ ਅਜੇ ਤੱਕ ਉਹ ਗੱਲ ਕਿਉਂ ਨਹੀਂ ਹਾਈ ਕੋਰਟ ਦੇ ਸਾਹਮਣੇ ਲੈ ਕੇ ਗਏ ਜਿਹੜਾ ਸਾਡੇ ਯੂਥ ਨੂੰ ਸਾਡੇ ਲੋਕਾਂ ਨੂੰ ਸਾਡੇ ਕਿਸਾਨਾਂ ਨੂੰ ਉਹ ਪ੍ਰਵੋਕ ਕਰ ਰਿਹਾ ਹੈ ਉਹ ਭੜਕਾ ਰਿਹਾ ਹੈ ਲੇਕਿਨ ਸਾਡਾ ਨੌਜਵਾਨ ਸਾਡੇ ਲੋਕ ਫਿਰ ਵੀ ਕਿਤੇ ਨਹੀਂ ਭੜਕੇ ਜਿੰਨੀ ਵੱਡੀ ਗਿਣਤੀ ਸੀ ਸਾਡੀ ਮੇਰਾ ਖਿਆਲ ਆ ਕੋਈ ਔਖਾ ਨਹੀਂ ਸੀ ਕਿ ਉਹ ਸਭ ਕਾਸੇ ਦੇ ਉੱਤੇ ਕਬਜ਼ੇ ਕਰ ਲੈਣੇ ਲੇਕਿਨ ਅਸੀਂ ਸ਼ਾਂਤਮਈ ਆ ਸ਼ਾਂਤੀ ਰੱਖਾਂਗੇ ਸ਼ਾਂਤਮਈ ਢੰਗ ਦੇ ਨਾਲ ਅਸੀਂ ਲੜਾਈ ਲੜ ਰਹੇ ਆ ਲੜਨ ਜਾਣਦੇ ਆ ਸਾਡਾ ਕੋਈ ਪਰਪਸ ਨਹੀਂ ਹੈ ਕਿ ਕਿਸੇ ਤਰ੍ਹਾਂ ਦੀ ਸ਼ਾਂਤੀ ਭੰਗ ਕੀਤੀ ਜਾਏ ਔਰ ਜੋ ਮਤਲਬ ਮੈਨੂੰ ਲੱਗਦਾ ਹਾਈ ਕੋਰਟ ਨੇ ਜੋ ਟਿੱਪਣੀ ਦਿੱਤੀ ਉਹ ਸਿਰਫ ਇੱਕ ਤਰਫੀ ਗੱਲ ਉਹਨਾਂ ਦੇ ਸਾਹਮਣੇ ਗਈ ਆ ਸਾਡੇ ਵਾਲਾ ਪੱਕਾ ਹਾਈ ਕੋਰਟ ਦੇ ਸਾਹਮਣੇ ਨਹੀਂ ਗਿਆ ਉਹਨਾਂ ਨੂੰ ਹਾਈ ਕੋਰਟ ਨੂੰ ਸਾਡੀ ਅਪੀਲ ਹੈ ਬੜੀ ਹੰਬਲ ਰਿਕੁਐਸਟ ਹੈ ਕਿਉਂ ਕਿਰਪਾ ਕਰਕੇ ਮੀਡੀਆ ਤੋਂ ਉਹ ਸਾਰੀਆਂ ਵੀਡੀਓਜ਼ ਕਲੈਕਟ ਕਰ ਸਕਦੇ ਨੇ ਔਰ ਉਹਦੇ ਤੋਂ ਪੜਤਾਲ ਕਰਨ ਕਿ ਆਗੂਆਂ ਨੇ ਯੂਥ ਨੂੰ ਕੰਟਰੋਲ ਕਰਕੇ ਕਿਸ ਢੰਗ ਦੇ ਨਾਲ ਉਹ ਪ੍ਰੋਟੈਸਟ ਨੂੰ ਅੰਜਾਮ ਦਿੱਤਾ ਹੈ ਡੱਲੇਵਾਲ ਦੇ ਨਾਲ ਮੌਜੂਦ ਹਰਿਆਣਾ ਦੇ ਕਿਸਾਨ ਲੀਡਰ ਅਭਿਮਨਿਓ ਕੋਹਾੜ ਨੇ ਵੀ ਅਦਾਲਤ ਦੀ ਇਸ ਸਖਤ ਟਿੱਪਣੀ ਤੇ ਸਬੂਤ ਪੇਸ਼ ਕਰਦਿਆਂ ਜਵਾਬ ਦਿੱਤਾ ਇਹ ਦੇਖੀਏ ہمارے ਪਾਸ ਇਹ ਵੀਡੀਓ ਐਵੀਡੈਂਸ ਮੌਜੂਦ ਹੈ ਇਹ ਵੀਡੀਓ ਹੈ 14 ਤਾਰੀਖ ਦੀ चौदह तारीख को हरियाणा पुलिस के ये देखिए ये सिविल ड्रेस में ये जवान है ये सीधे किसानों के ऊपर फायर कर रहे हैं आज हरियाणा पुलिस को ये भी दिखाना चाहिए था भाई जो काम होता है पुलिस प्रशासन का उनको जो सच बोलना चाहिए लेकिन वो तो सच बोल ही नहीं रहे उन्होंने ये क्यों नहीं दिखाया कि हरियाणा पुलिस के लोग सिविल ड्रेस में आके तोड़फोड़ कर रहे हैं गोलियां चला रहे हैं किसानों के ऊपर आप ये देखिए इस वीडियो में मैं आपको दिखाऊं ये देखिए ये हरियाणा पुलिस के ही लोग हैं जो सिविल ड्रेस में वर्दी में इक्कीस तारीख को अंदर जाके किसानों के कैंप में आके किसानों के ट्रैक्टर ट्रॉली तोड़ने का प्रयास कर रहे थे ट्रैक्टरों की डीजल की पाइप काट दी गई डीजल सड़क पे गिरा दिया गया ऊपर से वो गोलाबारी कर रहे थे तो हरियाणा पुलिस की तो साजिश प्रशासन की ये थी कि नीचे डीजल गिर जाए ऊपर से गोले वो डाल रहे थे अगर वहां आग लग जाती बहुत सारी ट्रॉलियों में खाना बनाने के लिए सिलेंडर है चूल्हे है वहां सिलेंडर भी फट सकते थे लेकिन इस चीज को उन्होंने पूरे तरीके से तथ्यों को सही नहीं रखा ਹਾਲਾਂਕਿ 29 ਫਰਵਰੀ ਨੂੰ ਸੁਣਵਾਈ ਦੌਰਾਨ ਚੀਫ ਜਸਟਿਸ ਗੁਰਪ੍ਰੀਤ ਸਿੰਘ ਸੰਧਵਾਲੀਆ ਨੇ ਹਰਿਆਣਾ ਸਰਕਾਰ ਨੂੰ ਫਟਕਾਰ ਪਾਉਂਦੇ ਹੋਏ ਕਿਹਾ ਸੀ ਕਿ ਤੁਸੀਂ ਸਰਕਾਰੋਂ ਅਤਵਾਦੀ ਨਹੀਂ ਜੋ ਇਸ ਤਰ੍ਹਾਂ ਕਿਸਾਨਾਂ ਤੇ ਗੋਲੀਆਂ ਚਲਾ ਰਹੇ ਹੋ ਕੋਰਟ ਨੇ ਸ਼ੁਭਕਰਨ ਦੀ ਜਾਣ ਜਾਣ ਤੋਂ ਬਾਅਦ ਐਫਆਈਆਰ ਦਰਜ ਕਰਨ ਵਿੱਚ ਇੱਕ ਹਫਤੇ ਦੀ ਦੇਰੀ ਲਈ ਵੀ ਹਰਿਆਣਾ ਤੇ ਪੰਜਾਬ ਦੋਵਾਂ ਸਰਕਾਰਾਂ ਨੂੰ ਝਾੜ ਪਾਈ ਸੁਣਵਾਈ ਦੌਰਾਨ ਹਾਈ ਕੋਰਟ ਨੇ ਕਿਸਾਨਾਂ ਨੂੰ ਝਾੜ ਪਾਉਂਦਿਆਂ ਕਿਹਾ ਕਿ ਤੁਸੀਂ ਮੰਗਾਂ ਨੂੰ ਲੈ ਕੇ ਹਾਈਵੇ ਤੇ ਬੈਠੇ ਹੋ ਜਦੋਂ ਅਸੀਂ ਸੁਣਵਾਈ ਕਰ ਰਹੇ ਹਾਂ ਤਾਂ ਤੁਸੀਂ ਅਦਾਲਤ ਵਿੱਚ ਆਪਣੇ ਆ ਕੇ ਆਪਣਾ ਪੱਖ ਕਿਉਂ ਨਹੀਂ ਰੱਖਦੇ ਉਧਰ ਸ਼ੁਭਕਰਨ ਸਿੰਘ ਦੀ ਪੋਸਟਮਾਰਟਮ ਰਿਪੋਰਟ ਵੀ ਹੁਣ ਜਨਤਕ ਕਰ ਦਿੱਤੀ ਗਈ ਹੈ ਹਾਲਾਂਕਿ ਅਸੀਂ ਆਪਣੇ ਦਰਸ਼ਕਾਂ ਨੂੰ ਪਹਿਲਾਂ ਹੀ ਇਸ ਰਿਪੋਰਟ ਦੇ ਨਤੀਜੇ ਦੀ ਜਾਣਕਾਰੀ ਦੇ ਚੁੱਕੇ ਹਾਂ ਰੀਪੋਰਟ ਹੁਣ ਸਾਹਮਣੇ ਆ ਹੀ ਗਈ ਹੈ ਤਾਂ ਦੁਬਾਰਾ ਦੱਸ ਦਿੰਨੇ ਆ ਕਿ ਖੁਲਾਸਾ ਹੋਇਆ ਹੈ ਕਿ ਸ਼ੁਭਕਰਨ ਦੇ ਸਿਰ ਦੇ ਪਿੱਛੇ ਛੋਟੇ-ਛੋਟੇ ਮੈਟਲ ਦੇ ਛਰਰੇ ਮਿਲੇ ਹਨ ਜੋ ਰਵੜ ਦੀ ਗੋਲੀ ਵਿੱਚ ਨਹੀਂ ਹੁੰਦੇ ਇਹ ਖੁਲਾਸਾ ਰਜਿੰਦਰਾ ਹਸਪਤਾਲ ਪਟਿਆਲਾ ਦੇ ਡਾਕਟਰਾਂ ਦੇ ਬੋਰਡ ਦੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਹੋਇਆ ਹੈ ਸੀਟੀ ਸਕੈਨ ਤੋਂ ਸ਼ੁਭਕਰਨ ਦੇ ਸਿਰ ਵਿੱਚ ਕਈ ਧਾਤ ਦੇ ਛਰਰਿਆਂ ਦਾ ਖੁਲਾਸਾ ਹੋਇਆ ਹੈ ਪੋਸਟਮਾਰਟਮ ਦੇ ਨਤੀਜਿਆਂ ਵਿੱਚ ਡਾਕਟਰਾਂ ਨੇ ਸਾਫ਼ ਲੱਗੇ ਲਿਖਿਆ ਹੈ ਕਿ ਸ਼ੁਭਕਰਨ ਦੀ ਜਾਨ ਜਾਣ ਦੇ ਪਿੱਛੇ ਸਿਰ ਵਿੱਚ ਲੱਗੀ ਗੋਲੀ ਸੀ ਤੇ ਜਿਹੜੇ ਉਸਦੇ ਸਿਰ ਵਿੱਚੋਂ ਮੈਟਲ ਦੇ ਛਰਰੇ ਮਿਲੇ ਹਨ ਤੇ ਉਹਨਾਂ ਨੂੰ ਰਬੜ ਦੀ ਗੋਲੀ ਦੇ ਛਰਰੇ ਕਹਿਣਾ ਹਾਸੋ ਹੀਣਾ ਹੋਵੇਗਾ ਡਾਕਟਰਾਂ ਨੇ ਸਪਸ਼ਟ ਲਿਖਿਆ ਕਿ ਇਸੇ ਵਿੱਚ ਗੋਲੀ ਵੱਜਣ ਤੋਂ ਬਾਅਦ ਸ਼ੁਭਕਰਨ ਸਿੰਘ ਦੀ ਮੌਕੇ ਤੇ ਹੀ ਜਾਨ ਚਲੀ ਗਈ ਸੀ ਪੋਸਟਮਾਰਟਮ ਰਿਪੋਰਟ ਨੂੰ ਲੈ ਕੇ ਸਿਆਸਤ ਵੀ ਸ਼ੁਰੂ ਹੋ ਗਈ ਹੈ ਅਕਾਲੀ ਦਲ ਦੇ ਲੀਡਰ ਵਿਕ੍ਰਮ ਸਿੰਘ ਮਜੀਠੀਆ ਨੇ ਪੋਸਟਮਾਰਟਮ ਦੇ ਨਤੀਜਿਆਂ ਨੂੰ ਹਾਈਲਾਈਟ ਕਰਦੇ ਹੋਏ ਲਿਖਿਆ ਹੈ ਕਿ ਸੀਐਮ ਭਗਵੰਤ ਮਾਨ ਟਾਊਟ ਹਨ ਮਨੋਹਰ ਲਾਲ ਖੱਟਰ ਨਾਲ ਇਹਨਾਂ ਦੀ ਸਾਂਝ ਹੈ ਤੇ ਇਹੀ ਮਿਲੀਭੁਗਤ ਦਾ ਨਤੀਜਾ ਹੈ ਇਹ ਹਾਲੇ ਤੱਕ ਕਿਸੇ ਤੇ ਕਾਰਵਾਈ ਨਹੀਂ ਹੋਈ 250 ਤੋਂ ਵੱਧ ਕਿਸਾਨ ਜ਼ਖਮੀ ਨੇ ਕਈ ਅੱਖਾਂ ਦੀ ਰੌਸ਼ਨੀ ਗਵਾ ਬੈਠੇ ਨੇ ਚਾਰ ਕਿਸਾਨ ਸ਼ਹੀਦ ਹੋ ਚੁੱਕੇ ਨੇ ਸ਼ੂਭ ਕਰਨ ਦੀ ਗੋਲੀ ਨਾਲ ਜਾਨ ਜਾਣ ਦੀ ਰਿਪੋਰਟ ਸਾਹਮਣੇ ਆ ਗਈ ਹੈ ਪਰ ਕਾਰਵਾਈ ਜ਼ੀਰੋ ਹੈ ਭਗਵੰਤ ਮਾਨ ਦੀ ਸਰਕਾਰ ਨੇ ਪਲਟੂ ਰਾਮ ਦੀ ਸਰਕਾਰ ਨੇ ਇਸ ਟਾਊਟ ਦੀ ਸਰਕਾਰ ਨੇ ਕਿਸਾਨਾਂ ਨਾਲ ਜਿਹੜੇ ਬਾਰਡਰ ਤੇ ਬੈਠੇ ਉਹਨਾਂ ਨਾਲ ਧੂਕਾ ਕਰਨ ਦਾ ਕੰਮ ਕੀਤਾ ਜੇ ਇਮਾਨਦਾਰੀ ਹੁੰਦੀ ਜੇ ਸੋਚ ਚੰਗੀ ਹੁੰਦੀ ਜੇ ਇਹਨਾਂ ਕਿਸਾਨਾਂ ਪ੍ਰਤੀ ਨੀਅਤ ਸਾਫ਼ ਹੁੰਦੀ ਤੇ ਪਹਿਲੇ ਦਿਨ ਐਫਆਈਆਰ ਦਰਜ ਕਰਦੇ ਔਰ ਇਹ ਗੱਲ ਵੀ ਅੱਜ ਆਨਰੇਬਲ ਹਾਈ ਕੋਰਟ ਨੇ ਪਿੰਪੁਆਇੰਟ ਕੀਤੀ ਹੈ ਜੇ ਇਸ ਗੱਲ ਨੂੰ ਕਿਸਾਨ ਬੜੇ ਚਿਰ ਤੋਂ ਉਠਾਰੇ ਸੀ ਆਪੋਜੀਸ਼ਨ ਉਠਾਰੀ ਸੀ ਕਿ ਉਥੇ ਰਬੜ ਬੁਲੇਟਸ ਨਹੀਂ ਉਥੇ ਐਕਚੁਅਲ ਬੁਲੇਟਸ ਯੂਜ਼ ਹੋ ਰਹੀਆਂ ਨੇ ਕਿਸਾਨ ਤਰਾਂ ਨੂੰ ਏਕੇ ਦੀ ਅਪੀਲ ਕਰਦੇ ਆਂ ਬੁੱਧੀਜੀਵੀਆਂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਮੌਜੂਦਾ ਸਮੇਂ ਚੱਲ ਰਹੀ ਸੰਘਰਸ਼ ਦੌਰਾਨ ਕਿਰਤੀਆਂ ਤੇ ਕਿਸਾਨਾਂ ਦਾ ਸਾਂਝਾ ਮੋਹਾਰਜ ਬਣਾ ਕੇ ਲੋਕ ਹਿੱਤਾਂ ਦੀ ਲੜਾਈ ਲੜੀ ਜਾਵੇ ਬੁੱਧੀਜੀਵੀਆਂ ਨੇ ਕਿਹਾ ਕਿ 2020 ਦੇ ਵਿੱਚ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਵਿੱਡਿਆ ਗਿਆ ਸੰਘਰਸ਼ ਵੀ ਕਿਸਾਨ ਤਰਾਂ ਦੀ ਇਕਜੁੱਟਤਾ ਕਰਕੇ ਹੀ ਜਿੱਤਿਆ ਗਿਆ ਸੀ ਪ੍ਰੋਫੈਸਰ ਜਗਮੋਨ ਸਿੰਘ ਹਰੀਸ਼ ਕੇਪੂਰੀ ਡਾਕਟਰ ਸੁੱਚਾ ਸਿੰਘ ਗਿੱਲ ਡਾਕਟਰ ਸਵਰਾਜ ਵੀਰ ਤੇ ਹੋਰਾਂ ਨੇ ਇਕਜੁੱਟ ਹੋ ਕੇ ਕਿਸਾਨ ਤਰਾਂ ਨੂੰ ਏਕੇ ਦੀ ਅਪੀਲ ਕੀਤੀ ਹੈ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਚੋਣਾ ਹੋਣ ਵਾਲੀਆਂ ਨਹੀਂ ਅਜਿਹੇ ਹਾਲਾਤਾਂ ਵਿੱਚ ਕਿਸਾਨ ਜਥੇਬੰਦੀਆਂ ਏਕਾ ਬਣਾ ਕੇ ਕਿਸਾਨਾਂ ਤੇ ਲੋਕਾਂ ਦੇ ਹੱਕਾਂ ਵਿੱਚ ਦੇਸ਼ ਵਿਆਪੀ ਲਹਿਰ ਉਸਾਰ ਸਕਦੀਆਂ ਨੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਕੱਲ 5ਵਾਂ ਦਿਨ ਰਿਹਾ ਕੱਲ ਪੋਸਟ ਦੀ ਖੇਤੀ ਦੀ ਗੂੰਜ ਸਦਨ ਦੇ ਵਿੱਚ ਪਈ ਹਾਕਮ ਧਿਰ ਦੇ ਵਿਧਾਇਕਾਂ ਨੇ ਮਸਲੇ ਦੀ ਹਮਾਇਤ ਕੀਤੀ ਖੇਤੀਬਾੜੀ ਮੰਤਰੀ ਨੇ ਇਨਕਾਰ ਕਰ ਦਿੱਤਾ ਜਦ ਕਿ ਵਿਰੋਧੀ ਧਿਰ ਨੇ ਚੁੱਪ ਵੱਟੀ ਰੱਖੀ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪੁੱਛਿਆ ਕਿ ਪੋਸਟ ਦੇ ਠੇਕੇ ਪੰਜਾਬ ਦੇ ਵਿੱਚ ਹੁੰਦੇ ਸਨ ਉਹ ਕਦੋਂ ਬੰਦ ਹੋਏ ਖੇਤੀਬਾੜੀ ਮੰਤਰੀ ਇਸ ਬਾਰੇ ਜਾਣਕਾਰੀ ਦੇਣ ਤਾਂ ਵਿਧਾਇਕ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਜਦੋਂ ਸੁਭੇਚ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਸਨ ਤਾਂ ਉਹਨਾਂ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਠੇਕੇ ਬੰਦ ਕਰਾਏ ਸੀ ਇੱਕ ਹੋਰ ਜਾਣਕਾਰੀ ਵੀ ਦੇ ਦਿੰਨੇ ਆ ਕਿ ਕੇਂਦਰ ਸਰਕਾਰ ਦੇ ਵੱਲੋਂ 2023-24 ਦੇ ਵਿੱਚ ਪੋਸਤ ਦੀ ਖੇਤੀ ਕਰਨ ਵਾਸਤੇ 112000 ਕਿਸਾਨਾਂ ਨੂੰ ਲਾਇਸੈਂਸ ਜਾਰੀ ਕੀਤੇ ਨੇ ਇਹਨਾਂ ਵਿੱਚੋਂ ਮੱਧ ਪ੍ਰਦੇਸ਼, ਰਾਜਸਥਾਨ ਤੇ ਯੂਪੀ ਦੇ ਕਿਸਾਨਾਂ ਨੂੰ ਲਾਇਸੈਂਸ ਮਿਲੇ ਹੋਏ ਨੇ ਯਾਨੀ ਕਿ ਇਹਨਾਂ ਤਿੰਨ ਸੂਬਿਆਂ ਦੇ ਵਿੱਚ ਪੋਸਤ ਦੀ ਖੇਤੀ ਕੀਤੀ ਜਾਂਦੀ ਹੈ ਵਿਦਾਇਕ ਸਰਬਜੀਤ ਕੌਰ ਮਾਨੂੰਕੇ ਨੇ ਸੂਬੇ ਵਿੱਚ ਤੰਬਾਕੂ ਦੀ ਵਰਤੋਂ ਤੇ ਚਿੰਤਾ ਜ਼ਾਹਿਰ ਕਰਦਿਆਂ ਧਾਰਮਿਕ ਸਥਾਨਾਂ ਦੇ ਨੇੜੇ ਤੰਬਾਕੂ ਦੀ ਵਿਕਰੀ ਤੇ ਪਾਬੰਦੀ ਦੀ ਮੰਗ ਕੀਤੀ। ਪਰसों ਤੇ ਚੌਥੇ ਦੇ ਵੱਡੇ ਰੌਲੇ ਰੱਪੇ ਤੋਂ ਬਾਅਦ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਦਨ 'ਚੋਂ ਗੈਰ ਹਾਜ਼ਰ ਰਹੇ ਉਹ ਸਰਕਾਰ ਦੇ ਹੋਰ ਕੰਮਾਂ ਦੇ ਵਿੱਚ ਮਸ਼ਰੂਫ ਸਨ। ਸਿਫਰ ਕਾਲ ਤੇ ਪ੍ਰਸ਼ਨ ਕਾਲ ਦੇ ਵਿੱਚ ਪੰਜਾਬ ਦੇ ਅਮਨ ਕਾਨੂੰਨ, ਗੁੰਡਾ ਟੈਕਸ, ਨਸ਼ਿਆਂ ਦੀ ਵਿਕਰੀ ਅਤੇ ਮੁੱਖ ਮੰਤਰੀ ਦੀ ਸ਼ਬਦਾਵਲੀ ਦੇ ਮੁੱਦੇ ਗੂੰਜਦੇ ਰਹੇ। ਵਿધાનਸਭਾ ਦੇ ਵਿੱਚ ਸਿਫਰਕਾਲ ਦੌਰਾਨ ਰੂਸ ਵਿੱਚ ਫਸੇ ਪੰਜਾਬੀਆਂ ਦਾ ਮੁੱਦਾ ਵੀ ਗੂੰਜਿਆ ਜਿਸ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਗੁਲਦੀਪ ਸਿੰਘ ਢਾਲੇਵਾਲ ਨੇ ਕਿਹਾ ਕਿ ਯੂਕਰੇਨ ਜੰਗ ਵਿੱਚ ੱਟਕੇ ਗਏ ਨੌਜਵਾਨਾਂ ਦਾ ਮੁੱਦਾ ਮੈਂ ਕੇਂਦਰ ਕੋਲ ਚੁੱਕਿਆ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਲਪ ਸਿੰਘ ਉਗੋਕੇ ਨੇ ਪਿੰਡ ਸ਼ੈਣਾ ਦੇ ਵਿੱਚ ਬਲਵੰਤ ਗਾਰਗੀ ਦੇ ਜਨਮ ਸਥਾਨ ਯਾਨੀ ਕਿ ਉਹਨਾਂ ਦੀ ਕੋਠੀ ਦੀ ਨਵੀਨੀ ਕਰਨ ਦਾ ਮੁੱਦਾ ਚੁੱਕਿਆ ਪਰਸ਼ਨ ਕਾਲ ਦੇ ਵਿੱਚ ਜੰਮੂ ਕਟੜਾ ਹਾਈਵੇ ਕਰਕੇ ਜ਼ਮੀਨਾਂ ਦੇ ਟੋਟੇ ਹੋਣ ਦਾ ਮਾਮਲਾ ਉੱਭਰਿਆ ਤਕਸੀਮ ਦੇ ਕੇਸ ਤਾਇਰ ਕਰਨ ਦੇ ਮੌਕੇ ਆ ਰਹੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਗਿਆ ਵਿਧਾਇਕ ਕਾਕਾ ਬਰਾੜ ਨੇ ਟੋਲ ਪਲਾਜ਼ਿਆਂ ਦਾ ਸਵਾਲ ਪੁੱਛਿਆ ਸਦਨ ਦੇ ਵਿੱਚ ਵਿਧਾਇਕਾਂ ਨੇ ਵਾਤਾਵਰਣ ਦੇ ਮੁੱਦੇ ਤੇ ਵੀ ਚਿੰਤਾ ਪ੍ਰਗਟਾਈ ਹਾਜ਼ਰ ਮੈਂਬਰਾਂ ਨੇ ਵਾਤਾਵਰਣ ਦੀ ਸਵੱਛਤਾ ਵਾਸਤੇ مشਵਰੇ ਵੀ ਸਾਂਝੇ ਕੀਤੇ ਵਿਧਾਨ ਸਭਾ ਦੇ ਵਿੱਚ ਪੋਸਟ ਦੀ ਖੇਤੀ ਸ਼ੁਰੂ ਕਰਨ ਦਾ ਮੁੱਦਾ ਉਠਿਆ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਮੱਧ ਪ੍ਰਦੇਸ਼ ਪੋਸਟ ਦੀ ਖੇਤੀ ਕਰ ਰਿਹਾ ਹੈ ਹਿਮਾਚਲ ਪ੍ਰਦੇਸ਼ ਸ਼ੁਰੂ ਕਰਨ ਜਾ ਰਿਹਾ ਹੈ ਰਾਜਸਥਾਨ ਨੇ ਵੀ ਸ਼ੁਰੂ ਕਰ ਦਿੱਤੀ ਹੈ ਅਜਿਹੇ ਵਿੱਚ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਇਹਦੇ ਨਾਲ ਕਹਿੰਦੇ ਪੰਜਾਬ ਦੀ ਆਰਥਿਕ ਸਥਿਤੀ ਵੀ ਮਜ਼ਬੂਤ ਹੋਏਗੀ ਤੇ ਪੰਜਾਬ ਨੂੰ ਸਿੰਥੈਟਿਕ ਡਰਗ ਤੋਂ ਵੀ ਰਾਹਤ ਮਿਲੇਗੀ ਪત્રਕਾਰ ਨੂੰ ਧਮਕਾਉਣ ਦੇ ਮਾਮਲੇ ਵਿੱਚ ਫਸੇ ਆ ਵਿਧਾਇਕ ਹਰਮਿਤ ਸਿੰਘ ਪਠਾਨ ਮਾਜਰਾ ਨੇ ਵੀ ਇਸ ਦੀ ਹਮਾਇਤ ਕੀਤੀ ਪਰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਪੌਸਤ ਦੀ ਖੇਤੀ ਨੂੰ ਸ਼ੁਰੂ ਕਰਨ ਲਈ ਕੋਈ ਵਿਚਾਰ ਨਹੀਂ ਕਰ ਰਹੀ ਕਿਉਂਕਿ ਇਹ ਵੀ ਇੱਕ ਨਸ਼ਾ ਹੈ 1029 ਕੀ ਖੇਤੀਬਾੜੀ ਮੰਤਰੀ ਕਿਰਪਾ ਕਰਕੇ ਦੱਸਣਗੇ ਕਿ ਸਰਕਾਰ ਸੈਂਥੈਟਿਕ ਡਰੱਗਸ ਨੂੰ ਠੱਲ ਪਾਉਣ ਲਈ ਪੰਜਾਬ ਵਿੱਚ ਪੌਸਤ ਦੀ ਖੇਤੀ ਕਰਨ ਵਿੱਚ ਕਰਨ ਦਾ ਵਿਚਾਰ ਰੱਖਦੀ ਹੈ ਜੇ ਕਰ ਰੱਖਦੀ ਹੈ ਤੇ ਕਦੋਂ ਤੱਕ ਮਾਨਯੋਗ ਮੈਂਬਰ ਸਾਹਿਬ ਨੇ ਸਵਾਲ ਕੀਤਾ ਤੇ ਜਿਹਦੇ ਨਾਲ ਮੇਰੇ ਖਿਆਲ ਸਾਰਿਆਂ ਦੇ ਚਿਹਰੇ ਖਿੜ ਗਏ ਆ ਸਵਾਲ ਮੁਤਾਬਕ ਜਿਹੜਾ ਇਹਦਾ ਜਵਾਬ ਆ ਜੀ ਕਿ ਸਰਕਾਰ ਕੋਲੇ ਅਜੇ ਹੁਜੀ ਕੋਈ ਇਰਾਦਾ ਨਹੀਂ ਰੱਖਦੀ ਕਿ ਕਿਉਂਕਿ ਇਹ ਵੀ ਇੱਕ ਨਸ਼ਾ ਹੈ ਇਸ ਲਈ ਸਰਕਾਰ ਦਾ ਕੋਈ ਇਰਾਦਾ ਨਹੀਂ ਅਕਾਲੀ ਦਲ ਦੇ ਵਿਧਾਇਕਾ ਮਨਪ੍ਰੀਤ ਸਿੰਘ ਈਆਲੀ ਗਨੀਪ ਕੌਰ ਤੇ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਨੇ ਪਿਛਲੇ ਦਿਨਾਂ ਦੌਰਾਨ ਮੀਂਹ ਦੀ ਵਜ੍ਹਾ ਕਾਰਨ ਖਰਾਬ ਹੋਈਆਂ ਫਸਲਾਂ ਦਾ ਮੁੱਦਾ ਚੁੱਕਿਆ ਤੇ ਜਵਾਬ ਦੇ ਵਿੱਚ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਕਿਹਾ ਕਿ ਗਿਰਦੌਰੀ ਵੀ ਕਰਵਾਈ ਜਾਊਗੀ ਤੇ ਪੂਰਾ ਮੁਆਵਜ਼ਾ ਵੀ ਦਿੱਤਾ ਜਾਊਗਾ ਜਿਹੜਾ ਮੈਂਬਰ ਸਹਿਵਾਨ ਨੇ ਮੁੱਦਾ ਲੈ ਕੇ ਆਂਦਾ ਕਿਉਂਕਿ ਇਹ ਤੀਜਾ ਸਵਾਲ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣਜੀ ਦੀ ਇਹ ਸਰਕਾਰ ਤੁਲਬ ਕਰਦੀ ਜੀ ਆਪਣੇ ਕਿਸਾਨ ਵੀਰਾਂ ਦੇ ਲਈ ਕੋਈ ਵੀ ਪ੍ਰਾਕ੍ਰਿਤਿਕ ਆਪਦਾ ਆਂਦੀ ਹੈ ਜਾਂ ਪਿਛਲੇ ਦਿਨ ਜਿਹੜੇ ਹੜ੍ਹ ਆਏ ਆ ਮੁੱਖ ਮੰਤਰੀ ਜੀ ਨੇ ਤੁਰੰਤ ਜਿਹੜਾ ਹੈਗਾ ਆਪਦਾ ਆਂਦ ਪਹਿਲਾਂ ਹੀ ਫੰਡ ਰੀਲੀਜ਼ ਕੀਤੇ ਸੀ ਸਾਰੇ ਦੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਔਰ ਜਿੱਦਾਂ ਜਿੱਦਾਂ ਰਿਪੋਰਟ ਆਂਦੀ ਗਈ ਸਭ ਨੂੰ ਉਹਨਾਂ ਦੇ ਕਿਸਾਨਾਂ ਦੇ ਪੈਸੇ ਜਿਹੜੇ ਪਾਏ ਗਏ ਔਰ ਮੈਂ ਕਹਿ ਸਕਦਾ ਇਹਦੇ ਵਿੱਚ ਵੀ ਅਗਰ ਚਾਹੇ ਸਪੈਸ਼ਲ ਗਦਾਵਰੀ ਵੀ ਕਰਾਣੀ ਪਵੇ ਜਨਾ ਜਿਲ੍ਹੇ ਚ ਜਿਆਦਾ ਗੜੇ ਮਾਰੀ ਹੋਈ ਹੈ ਉਹ ਕਰਾਈ ਜਾਏਗੀ ਔਰ ਇੱਕ ਮਾਰਤ ਤੋਂ ਜਿਹੜੀ 31 ਮਾਰਤ ਤੱਕ ਰੈਗੂਲਰ ਹੋਣੀ ਹੈ ਬਦਾਵਰੀ ਉਹ ਵੀ ਅਗਰ ਡੇਲਾ ਡਿਪੀਗਮੈਂਸ਼ਨ ਤੋਂ ਜਲਦ ਰਿਪੋਰਟ ਲੈ ਕੇ ਉਹ ਜਿਹੜਾ ਹੈ ਉਹਦਾ ਪ੍ਰਬੰਧ ਕੀਤਾ ਜਾਏਗਾ ਤਾਂ ਕਿ ਕਿਸੇ ਸਾਡੇ ਫਾਰਮਰਸ ਦਾ ਜ ਜਨੇ ਇਨੀ ਮਿਹਨਤ ਨਾਲ ਫਸਲ ਲਗਾਈ ਹੈ ਨੁਕਸਾਨ ਨਾ ਹੋਵੇ। ਇਸ ਦੇ ਨਾਲ ਹੀ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਆਪਣੇ ਹਲਕੇ ਦੇ ਇੱਕ ਪਟਵਾਰੀ ਤੇ ਇਲਜ਼ਾਮ ਲਾਇਆ ਕਿ ਉਸ ਨੇ ਮੁਆਵਜ਼ੇ ਲਈ ਉਹਨਾਂ ਕਿਸਾਨਾਂ ਦੇ ਨਾਮ ਭੇਜ ਦਿੱਤੇ ਜਿਨ੍ਹਾਂ ਦਾ ਕੋਈ ਨੁਕਸਾਨ ਹੀ ਨਹੀਂ ਹੋਇਆ ਸੀ। ਜਦਕਿ ਪੀੜਤ ਕਿਸਾਨਾਂ ਦੇ ਨਾਮ ਹੀ ਨਹੀਂ ਦਿੱਤੇ। ਕਹਿੰਦੇ ਅਜਿਹੇ ਮਾਮਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ। ਉਧਰ ਲਗਾਤਾਰ ਤੀਸਰੇ ਬਜਟ ਦੇ ਵਿੱਚ ਮਾਨ ਸਰਕਾਰ ਨੇ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦੀ ਗਰੰਟੀ ਪੂਰੀ ਨਹੀਂ ਕੀਤੀ ਜਿਸ ਤੇ ਵਿਰੋਧੀ ਧਿਰ ਵਿੱਤ ਮੰਤਰੀ ਨੂੰ ਲਗਾਤਾਰ ਘੇ ਕਜ਼ਨ ਮੰਤਰੀ ਹਰਪਾਲ ਸਿੰਘ ਚੀਵਾ ਨੇ ਕਿਹਾ ਕਿ ਅਸੀਂ ਛੇਤੀ ਹੀ ਇਸ ਗਰੰਟੀ ਨੂੰ ਵੀ ਪੂਰਾ ਕਰਾਂਗੇ ਕਹਿੰਦੇ ਅਸੀਂ ਪੰਜ ਵਿੱਚੋਂ ਚਾਰ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਨੇ ਇੱਕ ਰਹਿ ਗਈ ਇਹ ਵੀ ਛੇਤੀ ਕਰਾਂਗੇ ਪੂਰੀ ਪਰ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਕਦੋਂ ਪੂਰੀ ਕਰਨਗੇ ਕਾਂਗਰਸ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਆਪਣੇ ਖਿਲਾਫ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੋਲੇ ਗਏ ਅਪਸ਼ਬਦਾਂ ਦਾ ਮੁੱਦਾ ਅੱਜ ਵਿਧਾਨ ਸਭਾ ਦੇ ਅੰਦਰ ਜਾ ਕੇ ਚੁੱਕਿਆ ਉਹਨਾਂ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਕਿਹਾ ਕਿ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਨੇ ਮੇਰੇ ਲਈ ਜੋ ਅਪਸ਼ਬਦ ਬੋਲੇ ਨੇ ਉਸ ਖਿਲਾਫ ਪ੍ਰਿਵਿਲੇਜ ਮੋਸ਼ਨ ਦਿੱਤਾ ਹੈ ਉਸ ਦੀ ਸੁਣਵਾਈ ਕਰੋ ਤੇ ਮੈਨੂੰ ਇਨਸਾਫ ਦਿਵਾਓ ਲਾਸਟ ਦੇ ਮਿਸਟਰ ਮਿਕਸ ਇੱਕ ਸਕਿੰਟ ਦੇ ਅੰਦਰ ਜਿਹੜਾ ਮੇਰੇ ਖਿਲਾਫ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਸੀਐਮ ਸਾਹਿਬ ਨੇ ਅਪਸ਼ਬਦ ਬੋਲੇ ਨੇ ਮੈਂ ਉਹ ਪ੍ਰੀ ਮੋਸ਼ਨ ਜਿਹੜਾ ਤੁਹਾਡੇ ਕੋਲ ਮੂਵ ਕੀਤਾ ਆ ਕਿਰਪਾ ਕਰਕੇ ਮੇਰੀ ਜਿਹੜੀ ਆ ਉਹਦੇ ਉੱਤੇ ਸੁਣਵਾਈ ਕੀਤੀ ਜਾਵੇ ਔਰ ਮੈਨੂੰ ਇਨਸਾਫ ਦਵਾਇਆ ਜਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਦੇ ਕਾਨੂੰਨੀ ਹਾਲਾਤਾਂ ਤੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਦੁਕਾਨਦਾਰ ਗੈਂਗਸਟਰਾਂ ਦੇ ਡਰ ਤੋਂ ਛੇਤੀ ਹੀ ਆਪਣੀਆਂ ਦੁਕਾਨਾਂ ਦੇ ਸ਼ਟਰ ਡਾਊਨ ਕਰ ਦਿੰਦੇ ਨੇ ਮੁਹਾਲੀ ਤਾਂ ਗੈਂਗਸਟਰਾਂ ਦਾ ਹੱਬ ਬਣ ਚੁੱਕਿਆ ਪਰ ਸਰਕਾਰ ਸੁੱਤੀ ਪਈ ਹੈ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਦੀ ਢਿੱਲੀ ਜਾਂਚ ਦਾ ਮੁੱਦਾ ਵੀ ਬੜੇ ਗਨੇ ਚੁੱਕਿਆ ਅੱਜ ਕੱਲ ਅੱਧਾ ਘੰਟਾ ਪੰਜਾਬ ਦੀਆਂ ਦੁਕਾਨਾਂ ਪਹਿਲਾਂ ਬੰਦ ਹੋਣ ਲੱਗ ਪਈਆਂ ਔਰ ਜੇ ਗੱਲ ਕਰੀਏ ਇੰਟਰਨਲ ਇੰਟੈਲੀਜੈਂਸੀ ਦੀ ਇਹਨਾਂ ਨੂੰ ਪਤਾ ਹੈ ਕਿ ਮੋਹਾਲੀ ਇੱਕ ਗੈਂਗਸਟਰਸ ਦਾ ਹੱਬ ਬਣ ਕੇ ਰਹਿ ਗਈ ਹੈ ਮੋਹਾਲੀ ਦੇ ਵਿੱਚ ਆ ਪਿਛਲੇ 4 ਦਿਨ ਪਹਿਲਾਂ ਹੀ ਉੱਥੇ ਕਿਸ ਤਰ੍ਹਾਂ ਜੋ ਗੋਲੀਬਾਰੀ ਹੋਈ ਉਹ ਤੁਹਾਨੂੰ ਪਤਾ ਹੈ ਪਰ ਮੈਂ ਤੁਹਾਡਾ ਧਿਆਨ ਲਿਆਉਣਾ ਚਾਹਣਾ ਹੈ ਕਿ 6 4 2024 ਨੂੰ ਲਾਰੈਂਸ ਬਿਸ਼ਨੋਈ ਨਾਮ ਦਾ ਇੱਕ ਗੈਂਗਸਟਰ ਜੀ ਜੇਲ੍ਹ ਦੇ ਵਿੱਚ ਇੰਟਰਵਿਊ ਹੋਈ ਸੀ ਜੀ ਔਰ ਉਸ ਤੋਂ ਬਾਅਦ ਕਾਫੀ ਰੌਲਾ ਲੱਪਾ ਪਿਆ 9 ਨਵੰਬਰ 2023 ਨੂੰ ਮਾਨਯੋਗ ਹਾਈ ਕੋਰਟ ਨੇ ਸੂਮੋਟੋ ਲਿਆ ਕਿ ਭਾਈ ਦੱਸੋ ਅਸੀਂ ਤਾਂ ਰੌਲਾ ਪਾਇਆ ਕਿਸੇ ਨੇ ਨਹੀਂ ਸੁਣਿਆ ਵੀ ਦੱਸੋ ਇਹ ਇੰਟਰਵਿਊ ਕਿੱਥੇ ਹੋਈ ਤੇ ਕਦੋਂ ਹੋਈ ਆਪਸਰਾ ਨੇ ਸਿਰੇ ਤੋਂ ਨਕਾਰਤਾ ਉਦਰ ਗੈਂਗਸਟਰ ਲਾਰੈਂਸ ਬਿਸ਼ਨੋ ਦਾ ਸਿਗਨਲ ਐਪਰਾਹੀਂ ਜੇਲ੍ਹ ਦੇ ਅੰਦਰੋਂ ਇੰਟਰਵਿਊ ਮਾਮਲੇ ਤੇ ਅਦਾਲਤ ਵਿੱਚ ਸੁਣਵਾਈ ਵੀ ਹੋਈ ਡੀਜੀਪੀ ਪ੍ਰਭੋਤ ਕੁਮਾਰ ਦੀ ਅਗਵਾਈ ਵਿੱਚ ਬਣਾਈ ਗਈ ਸਿਟ ਨੇ ਹਾਈ ਕੋਰਟ ਤੋਂ 3 ਮਹੀਨਿਆਂ ਦਾ ਹੋਰ ਸਮਾਂ ਮੰਗਿਆ ਕਿਹਾ ਕਿ ਮਾਮਲੇ ਵਿੱਚ ਹਾਲੇ ਹੋਰ ਸਬੂਤ ਇਕੱਠੇ ਕੀਤੇ ਜਾਣੇ ਨੇ ਕੁਝ ਗਵਾਹਾਂ ਤੋਂ ਪੁੱਛਗਿੱਛ ਕੀਤੀ ਜਾਣੀ ਵੀ ਬਾਕੀ ਹੈ ਚੌਥੇ ਦਿਨ ਸਪੀਕਰ ਦੇ ਵੱਲੋਂ ਕਾਂਗਰਸ ਦੇ 9 ਵਿਧਾਇਕਾਂ ਨੂੰ ਮਾਰਸ਼ਲਾਂ ਦੀ ਮਦਦ ਨਾਲ ਬਾਹਰ ਕੱਢ ਦਿੱਤਾ ਗਿਆ ਸੀ ਜਿਸ ਤੇ ਕਾਂਗਰਸ ਵਿਧਾਇਕ ਰਾਜਕੁਮਾਰ ਚੱਬੇਵਾਲ ਨੇ ਸਪੀਕਰ ਨਾਲ ਕਾਫੀ ਨਰਾਜ਼ਗੀ ਦਿਖਾਈ ਕਹਿੰਦੇ ਤੁਸੀਂ ਸਾਡੇ ਪੁਰਾਣੇ ਮਿੱਤਰ ਹੋ ਪਰ ਜਿਹੜਾ ਤੁਸੀਂ ਸਾਡੇ ਨਾਲ ਕੱਲ ਸਲੂਕ ਕੀਤਾ ਉਹ ਕਾਫੀ ਮਾੜਾ ਸੀ ਚੱਬੇਵਾਲ ਆਪਣੇ ਨਾਲ ਸੰਗਲ ਤੇ ਜਿੰਦਰੇ ਵੀ ਲੈ ਕੇ ਆਏ ਸੀ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੀ ਜ਼ਰੂਰਤ ਤੁਹਾਡੇ ਵਿਧਾਇਕਾਂ ਨੂੰ ਪਵੇਗੀ ਇਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਅੱਜ ਪੰਜਵੇਂ ਦਿਨ ਵੀ ਹੰਗਾਮਾ ਖੂਬ ਹੋਇਆ ਸਿੱਖਿਆ ਮੰਤਰੀ ਨੂੰ ਬੇਨਤੀ ਕਰਨੀ ਚਾਹਨਾ ਪੇ ਸਰਕਾਰ ਦਾ ਮੁੱਖ ਅਜੈਂਡਾ ਸੀ ਕਿ ਐਜੂਕੇਸ਼ਨ ਨੂੰ ਬਿਹਤਰ ਤੋਂ ਬਿਹਤਰੀਨ ਕਰਨਾ ਅਤੀ ਉੱਤਮ ਕਰਨਾ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅੱਜ 2 ਸਾਲ ਹੋ ਗਏ ਆ ਤੇ ਡੈਪਟੀ ਸਪੀਕਰ ਸਾਹਿਬ ਦਾ ਹਲਕਾ ਵੀ ਮੇਰੇ ਨਾਲ ਹੀ ਲੱਗਦਾ ਸਾਡਾ ਦੋਨਾਂ ਦਾ ਅਡਜਾਇਨਿੰਗ ਹਲਕਾ ਹੈ ਸਰ 2 ਸਾਲ ਬੀਤ ਜਾਣ ਤੋਂ ਬਾਅਦ ਵੀ ਜੇਕਰ ਮੈਂ ਸਿਰਫ ਦੋ ਬਲਾਕਾਂ ਦੀ ਗੱਲ ਕਰਾਂ ਕੁਐਸਚਨ ਸਰ ਪੁੱਛਦਾ ਮੈਂ ਤੇ ਦੋ ਬਲਾਕਾਂ ਦੀ ਗੱਲ ਕਰਾਂ ਕੋਟ ਫਤੂਹੀ ਤੇ ਮਾਨਪੁਰ ਸਰ ਉੱਥੇ ਕਟ ਤੋਂ ਕਟ 26 ਸਕੂਲ ਟੀਚਰਲੈਸ ਨੇ। ਔਰ 39 ਸਕੂਲ ਜਿਹੜੇ ਸਾਡੇ 4 ਬਲਾਕ ਨੇ। 39 ਸਕੂਲ ਜਿਹੜੇ ਸਰ ਉਹ ਸਿੰਗਲ ਟੀਚਰ ਨੇ। ਤੇ ਮੈਂ ਮੰਤਰੀ ਸਾਹਿਬ ਨੂੰ ਆਪਜੀ ਰਾਹੀਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਕਿਰਪਾ ਕਰਕੇ ਇਸ ਦੇ ਲਈ ਕੀ ਉਪਰਾਲੇ ਤੁਸੀਂ ਕਰ ਸਕਦੇ ਹੋ? 2 ਸਾਲ ਚ ਤਾਂ ਹੋਇਆ ਕੁਝ ਨਹੀਂ। ਤੇ ਕਿਹੜੀ ਪਾਲਿਸੀ ਜਿਹੜੀ ਹੈ ਉਹ ਤੁਸੀਂ ਬਣਾਓਗੇ ਕਿ ਸਾਡੇ ਇਹ ਜਿਹੜੇ ਬਲਾਕਸ ਨੇ ਇਹਨਾਂ ਬਲਾਕਸ ਦੇ ਵਿੱਚ ਜਿਹੜੇ ਟੀਚਰ ਹੈ ਉਹ ਰਹਿ ਸਕਣ ਉਹ ਕੰਮ ਕਰ ਸਕਣ ਵਿਧਾਨ ਸਭਾ ਚ ਸਕੂਲਾਂ ਵਿੱਚ ਘੱਟ ਅਧਿਆਪਕਾਂ ਦਾ ਮੁੱਦਾ ਵੀ ਉੱਠਿਆ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਤੇ ਕਿਹਾ ਕਿ ਹੁਣ ਪੰਜਾਬ ਦਾ ਕੋਈ ਵੀ ਸਕੂਲ ਅਧਿਆਪਕਾਂ ਤੋਂ ਬਿਨਾਂ ਨਹੀਂ ਰਹੇਗਾ ਛੇਤੀ ਹੀ ਅਸੀਂ ਹੋਰ ਅਧਿਆਪਕਾਂ ਦੀ ਭਰਤੀ ਕਰਨ ਜਾ ਰਹੇ ਹਾਂ ਕਾਂਗਰਸ ਵਿਧਾਇਕ ਰਾਜਕੁਮਾਰ ਚੱਬੇਵਾਲ ਨੇ ਇਲਜ਼ਾਮ ਲਾਇਆ ਸੀ ਕਿ ਮੇਰੇ ਹਲਕੇ ਦੇ ਕਈ ਸਕੂਲਾਂ ਦੀ ਹਾਲਤ ਕਾਫੀ ਮਾੜੀ ਹੈ ਇਸ ਤੇ ਸਿੱਖਿਆ ਮੰਤਰੀ ਬੋਲੇ ਸਨ ਮੈਂ ਰਿਸਰਚ ਕਰਵਾਇਆ ਸਰ ਦੇ ਵਰ ਲੈਸ ਥੈਨ 50% ਪੰਜਾਬ ਪਰਟੇਸ਼ਰ ਤੋਂ ਘੱਟ ਟੀਚਰ ਸੀ ਜੀ ਬਿਫੋਰ 2022 ਸਰ ਅੱਜ ਜੋ ਆંકੜਾ ਸਰ 70% ਪਲੱਸ ਹੋ ਗਿਆ ਸਰ ਇੱਕਦਮ ਇਹ ਬਹੁਤ ਵਧਾਈ ਤੁਹਾਨੂੰ ਸਰ ਇਹ ਹਜ਼ਾਰਾਂ ਦੀ ਗਿਣਤੀਆਂ ਦੀ ਭਰਤੀਆਂ ਨੇ ਸਰ ਉਹਨਾਂ ਦੇ ਵਿੱਚ ਕੋਈ ਨਾ ਕੋਈ ਇਸ਼ੂ ਆ ਜਾਂਦੇ ਆ ਮੈਂ ਕੱਲ ਵੀ ਹਾਊਸ ਨੂੰ ਦੱਸਿਆ ਕਿ ਇਸ ਵਕਤ ਦੋ ਭਰਤੀਆਂ ਜੀ 2364 2364 ਪਿਛਲੀ ਸਰਕਾਰ ਦੀ ਭਰਤੀਆਂ ਸਰ ਡੈੱਡ ਪਈ ਸੀ ਅਸੀਂ ਡਬਲ ਬੈਂਚ ਤੋਂ ਬਹਾਲ ਕਰਾ ਕੇ ਲੈ ਕੇ ਆਏ ਆ ਉਹਦੇ ਆਰਡਰ ਦੇ ਲੈ ਕੇ ਜਾ ਰਹੇ ਐਦਾਂ ਹੀ ਸਰ 5994 ਐਗਜ਼ਾਮ ਹੋ ਚੁੱਕਿਆ ਰਿਜ਼ਲਟ ਬਣ ਚੁੱਕਿਆ ਸਿਰਫ ਕੁਝ ਕਲੈਰੀਫਿਕੇਸ਼ਨਸ ਕਰਕੇ ਉਹ ਨੈਕਸਟ 4 ਅਪ੍ਰੈਲ ਵਿੱਚ ਤਰੀਕ ਪਈ ਹੈ ਹੋਪਫੁਲੀ ਉਹ ਵੀ ਆ ਜਾਣਗੇ ਤਾਂ ਇਹ ਸਾਰੇ ਮੈਕਸਿਮਮ ਸਰ ਡਿਪਟੀ ਸਮਾਨਯੋਗ ਡਿਪਟੀ ਸਪੀਕਰ ਸਾਹਿਬ ਬੈਠੇ ਨੇ ਇਹ ਵੀ ਇਸ ਗੱਲ ਦਾ ਹਾਮੀ ਭਰਨਗੇ ਅਸੀਂ ਸਰ ਮੈਕਸਿਮਮ ਟੀਚਰਸ ਇਸ ਕੰਡੀ ਇਲਾਕੇ ਦੇ ਵਿੱਚ ਭੇਜ ਰਹੇ ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਦੇ ਟੋਲ ਪਲਾਜ਼ਾ ਦਾ ਮੁੱਦਾ ਵੀ ਚੁੱਕਿਆ ਮੰਗ ਕੀਤੀ ਕਿ ਜਿਹੜੇ ਟੋਲ ਪਲਾਜ਼ੇ ਵਾਲਿਆਂ ਨੇ ਪੰਜਾਬੀਆਂ ਨੂੰ ਲੁੱਟਿਆ ਧੋਖਾ ਕੀਤਾ ਉਹਨਾਂ ਖਿਲਾਫ ਪਰਚਾ ਦਰਜ ਕਰਕੇ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਕੇਵਲ ਪੈਸੇ ਮੋੜ ਦੇਣ ਨਾਲ ਉਹਨਾਂ ਦਾ ਜੁਰਮ ਖਤਮ ਨਹੀਂ ਹੋ ਜਾਂਦਾ ਉਹਨਾਂ ਨੂੰ ਸਬਕ ਸਿਖਾਇਆ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਪੰਜਾਬ ਦੇ ਪੰਜਾਬੀਆਂ ਨਾਲ ਧੋਖਾ ਨਾ ਕਰ ਸਕੇ ਆਪਾਂ ਗੱਲ ਕਰਦੇ ਹਾਂ ਕਿ ਸਾਰੇ ਟੋਲ ਪਲਾਜ਼ਾ ਜਿੱਥੇ ਵੀ ਇਹੋ ਜੀ ਅਨਦੇਖੀ ਸੀਗੀ ਸਾਡੀ ਸਰਕਾਰ ਸਮੇ ਜਾਂ ਉਦੋਂ ਪਹਿਲਾਂ ਸਮੇ ਜਾਂ ਸਾਡੇ ਸਮੇ ਉਹਨਾਂ ਨੇ ਪੁਲ ਨਹੀਂ ਬਣਾਏ ਜੀ ਲੇਕਿਨ ਜਿਹੜਾ ਟੋਲ ਹੈਗਾ ਉਹ ਲੈਂਦੇ ਰਹੇ ਕੇਵਲ ਆਪਾਂ ਉਹਨਾਂ ਵਾਸਤੇ ਉਹਨਾਂ ਨੂੰ ਬਕਾਇਆ ਕੜਦਾ ਵੀ ਤੁਹਾਡੇ ਤੋਂ 8 ਕਰੋੜ ਰੁਪਇਆ ਲੈਣਾ ਹੈ ਜੀ ਆਮੂਮਨ ਜਿਹੜੀ ਪ੍ਰੈਕਟਿਸ ਹੈ ਉਹ ਇਹ ਹੈ ਕਿ ਜਿੰਨੇ ਕੇਸ ਕੋਰਟ ਚ ਚਲੇ ਜਾਂਦੇ ਐ ਗਵਰਨਮੈਂਟ ਉਹ ਕੇਸ ਜ਼ਿਆਦਾ ਹਾਰ ਜਾਂਦੀ ਹੈ ਕਿਉਂਕਿ ਸਾਰਾ ਕੁਝ ਅੰਦਰ ਰਲ ਮਿਲ ਜਾਂਦਾ ਹੈ ਪਰ ਤੁਸੀਂ ਹੋ ਸਕਦਾ ਹੈ ਕਿ 8 ਕਰੋੜ ਰੁਪਇਆ ਵਸੂਲ ਕਰ ਲੋ ਮੈਂ ਤੁਹਾਡੀ ਨੀਅਤ ਤੇ ਕੋਈ ਸ਼ੱਕ ਨਹੀਂ ਕਰ ਰਿਹਾ ਕਿਰਪਾ ਕਰਕੇ ਜਿਨ੍ਹਾਂ ਨੇ 8 ਕਰੋੜ ਰੁਪਇਆ ਜਿਨ੍ਹਾਂ ਨੇ ਡਿਪਾਰਟਮੈਂਟ ਨੂੰ ਗੁੰਮਰਾਹ ਕੀਤਾ ਦੋ ਪੋਲ ਬਣਾਉਣੇ ਸੀ ਲੇਕਿਨ ਟੋਲ ਵਸੂਲਦੇ ਰਹੇ ਆਮ ਲੋਕਾਂ ਤੋਂ ਸਾਡੇ ਪਿੰਡ ਚੋਂ ਲੱਗਿਆ ਉਹਨਾਂ ਦੇ ਨਾਲ 420 67 471 ਐਮਐਲਏ ਤੇ ਤਾਂ 1 ਮਿੰਟ ਚ ਪਰਚਾ ਦੇ ਦਿੰਨੇ ਹੋ ਜੀ ਇਹਨਾਂ ਤੇ ਵੀ ਪਰਚਾ ਦੇ ਕੇ ਉਹ ਕੋਰਟ ਫੈਸਲਾ ਕਰ ਦੂਗੀ ਜੋ ਹੋਊਗਾ ਦੇਖੀ ਜਾਊਗੀ ਜੀ ਸੁਵਿਧਾਨ ਸਭਾ ਦੇ 5 ਦਿਨਾਂ ਦੀ ਕਾਰਵਾਈ ਤਾਂ ਮੁਕੰਮਲ ਹੋ ਚੁੱਕੀ ਹੈ ਜ਼ਿਆਦਾ ਸਮਾਂ ਜਿਹੜਾ ਹੰਗਾਮਿਆਂ ਦੀ ਭੇਂਟ ਹੀ ਚੜਿਆ ਹੈ 6ਵੇਂ ਦਿਨ ਕੀ ਕੁਝ ਹੋਊਗਾ ਉਹ ਵੀ ਆਪਾਂ ਦੇਖ ਹੀ ਲਵਾਂਗੇ ਇਸ ਦਰਮਿਆਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਕੀਤਾ ਹੈ ਪਿਛਲੇ ਕਈ ਦਿਨਾਂ ਤੋਂ ਦੋਵੇਂ ਜਣੇ ਦੋਵੇਂ ਵੱਡੇ ਲੀਡਰ ਇੱਕ ਦੂਸਰੇ ਤੇ ਇਲਜ਼ਾਮ ਬਾਜ਼ੀਆਂ ਲਾਉਂਦੇ ਰਹਿੰਦੇ ਨੇ ਇਤਤ ਤੱਕ ਹੀ ਮੁੱਖ ਮੰਤਰੀ ਭਗਵੰਤ ਮਾਨ ਨਵਜੋਤ ਸਿੰਘ ਸਿੱਧੂ ਨੂੰ ਸਦਨ ਦੇ ਅੰਦਰ ਵੀ ਭੁੱਲਦੇ ਨਹੀਂ ਪਿਛਲੇ ਦਿਨੀ ਨਵਜੋਤ ਸਿੱਧੂ ਤੇ ਤੰਝ ਕੱਸਦਿਆਂ ਮੁੱਖ ਮੰਤਰੀ ਨੇ ਸਿੱਧੂ ਦੀ ਤੁਲਨਾ ਬਿਨਾਂ ਡਰਾਈਵਰੋਂ ਚੱਲੀ ਰੇਲ ਗੱਡੀ ਨਾਲ ਕੀਤੀ ਸੀ ਉਸ ਤੋਂ ਵੀ ਪਹਿਲਾਂ ਵਿਆਹ 'ਚ ਮਿਲੇ ਪੁਰਾਣੇ ਸੂਟ ਨਾਲ ਕੀਤੀ ਸੀ ਤੇ ਹੁਣ ਸਿੱਧੂ ਨੇ ਇੱਕ ਨਿੱਜੀ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਕਿਹਾ ਹੈ ਕਿ ਮੈਂ ਨਹੀਂ ਬਲਕਿ ਭਗਵੰਤ ਮਾਨ ਮੇਰੇ ਕੋਲ ਆਇਆ ਸੀ ਕਿ ਤੁਸੀਂ ਆਮ ਆਦਮੀ ਪਾਰਟੀ 'ਚ ਆ ਜਾਓ ਜਾਂ ਮੈਨੂੰ ਕਾਂਗਰਸ ਵਿੱਚ ਸ਼ਾਮਲ ਕਰਵਾ ਲਓ ਤੇ ਮੈਂ ਤੁਹਾਡਾ ਡਿਪਟੀ ਬਣ ਕੇ ਕੰਮ ਕਰਾਂਗਾ ਕਹਿੰਦੇ ਜੇ ਭਗਵੰਤ ਮਾਨ ਚਾਹੁੰਦੇ ਨਹੀਂ ਤਾਂ ਮੈਂ ਉਹਨਾਂ ਨੂੰ ਸਮਾਂ ਤੇ ਥਾਂ ਵੀ ਦੱਸ ਸਕਦਾ ਕਿ ਕਦੋਂ ਇਹ ਹੋਇਆ ਸੀ ਨਹੀਂ ਤਾਂ ਕਹਿੰਦੇ ਗੁਰੂ ਘਰ ਜਾ ਕੇ ਸੌਂ ਚੁੱਕਣ ਕਿ ਸਿੱਧੂ ਝੂਠ ਬੋਲਦਾ ਸਿੱਧੂ ਨੇ ਕਿਹਾ ਕਿ ਮੈਂ ਕਾਂਗਰਸ ਦਾ ਸਪਾਹੀ ਹੋਣ ਦੇ ਨਾਤੇ ਸਾਫ਼ ਮਨਾਂ ਕਰ ਦਿੱਤਾ ਸੀ ਕਿਹਾ ਸੀ ਕਿ ਜੇ ਤੁਸੀਂ ਕਾਂਗਰਸ ਚਾਉਣਾ ਚਾਹੁੰਦੇ ਹੋ ਤਾਂ ਦਿੱਲੀ ਜਾ ਕੇ ਗੱਲ ਕਰੋ ਪਟਿਆਲਾ ਦੇ ਵਿੱਚ ਦਿਲ ਦਹਿਲਾਉਣ ਵਾਲੀ ਵਾਰਦਾਤ ਵਾਪਰੀ ਹੈ ਸੰਜੇ ਕਲੋਨੀ ਦੇ ਵਿੱਚ ਵੀਰਵਾਰ ਦੇਰ ਸ਼ਾਮ ਇੱਕ ਨੌਜਵਾਨ ਨੇ 16 ਸਾਲ ਦੀ ਇੱਕ ਲੜਕੀ ਨੂੰ ਚਾਕੂ ਮਾਰ ਕੇ ਖਤਮ ਕਰ ਦਿੱਤਾ ਤੇ ਇਸ ਘਟਨਾ ਤੋਂ ਬਾਅਦ ਸਦਮੇ ਦੇ ਵਿੱਚ ਆਈ ਲੜਕੀ ਦੀ 6 ਸਾਲ ਦੀ ਛੋਟੀ ਭੈਣ ਵੀ ਦਮ ਤੋੜ ਗਈ ਹਾਲਾਂਕਿ ਪੁਲਿਸ ਵੱਲੋਂ ਮੁਕੰਮਲ ਪੜਤਾਲ ਕੀਤੀ ਜਾਣੀ ਬਾਕੀ ਹੈ ਪਰ ਮੁੱਢਲੇ ਤੌਰ ਤੇ ਇਸ ਵਾਰਦਾਤ ਦਾ ਕਾਰਨ ਲੜਕੀ ਦੇ ਵੱਲੋਂ ਵਿਆਹ ਤੋਂ ਇਨਕਾਰ ਕਰਨਾ ਦੱਸਿਆ ਜਾ ਰਿਹਾ ਹੈ ਮਰਹੂਮ ਦੇ ਪਿਤਾ ਦੀ ਸ਼ਿਕਾਇਤ ਤੇ ਅਰਣ ਕੁਮਾਰ ਕੋਕੋ ਤੇ ਉਸਦੇ ਇੱਕ ਦੋਸਤ ਖਿਲਾਫ ਦਫਾ 302 ਤਹਿਤ ਕੇਸ ਦਰਜ ਕਰਕੇ ਇਹਨਾਂ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਹਾਲੇ ਤੱਕ ਪੁਲਿਸ ਨੂੰ ਇਹ ਲੱਭੇ ਨਹੀਂ ਪੁਲਿਸ ਦੀ ਜਾਣਕਾਰੀ ਮੁਤਾਬਕ ਦੋਸ਼ੀ ਅਰਣ ਕੁਮਾਰ ਸੰਜੀ ਕਲੋਨੀ ਦਾ ਹੀ ਰਹਿਣ ਵਾਲਾ ਹੈ ਤੇ ਇਸ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਉਹ ਰਾਜ਼ੀ ਨਹੀਂ ਸੀ ਪੁਲਿਸ ਰਿਕਾਰਡ ਦੇ ਮੁਤਾਬਕ ਇਸ ਤੋਂ ਪਹਿਲਾਂ ਵੀ ਮਲਜ਼ਮ ਕੋਕੋ ਦੇ ਖਿਲਾਫ ਇਸੇ ਲੜਕੀ ਨੂੰ ਵਰਗਲਾ ਕੇ ਲੈ ਜਾਣ ਦੇ ਦੋਸ਼ ਹੇਠ ਥਾਣਾ ਕੋਤਵਾਲੀ ਪਟਿਆਲਾ ਦੇ ਵਿੱਚ ਕੇਸ ਵੀ ਦਰਜ ਹੋਇਆ ਸੀ ਪਰ ਕੇਸ ਦੀ ਅਦਾਲਤੀ ਕਾਰਵਾਈ ਦੌਰਾਨ ਲੜਕੀ ਜੱਜ ਸਾਹਮਣੇ ਦੋਸ਼ਾਂ ਤੋਂ ਮੁਨਕਰ ਹੋ ਗਈ ਸੀ ਇਸ ਕਰਕੇ ਦੋਸ਼ੀ ਕੋਕੋ ਦੇ ਖਿਲਾਫ ਕੋਈ ਕਾਰਵਾਈ ਨਹੀਂ ਸੀ ਹੋਈ ਤੇ ਵੀਰਵਾਰ ਦੇਰ ਸ਼ਾਮ ਜਦੋਂ ਲੜਕੀ ਆਪਣੀ ਛੋਟੀ ਭੈਣ ਨਾਲ ਘਰੋਂ ਬਾਹਰ ਜਾ ਰਹੀ ਸੀ ਤਾਂ ਆਪਣੇ ਇੱਕ ਦੋਸਤ ਨਾਲ ਲੜਕੀਆਂ ਦੇ ਕੋਲ ਆਏ ਕੋਕੋ ਨੇ ਉਸ ਤੇ ਚਾਕੂ ਨਾਲ ਹਮਲਾ ਕਰ ਦਿੱਤਾ ਗੰਭੀਰ ਲੜਕੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਰਜਿੰਦਰਾ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਉਸ ਦੀ ਜਾਨ ਚਲੇਗੀ ਛੋਟੀ ਪੈਣ ਨਾਲ ਸੀ ਉਸਨੇ ਹਮਲੇ ਦੀ ਸਾਰੀ ਵਾਰਦਾਤ ਆਪਣੀਆਂ ਅੱਖਾਂ ਦੇ ਨਾਲ ਦੇਖੀ ਸੀ ਬੱਚੀ ਸਹਿਮ ਗਈ ਤੇ ਕੱਲ ਤੜਕੇ ਉਹ ਵੀ ਦਮ ਤੋੜ ਗਈ ਪੁਲਿਸ ਮੁਤਾਬਿਕ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਨੌਜਵਾਨ ਫਰਾਰ ਹੋ ਗਏ ਬੀਜੇਪੀ ਮੈਲਾ ਮੋਰਚਾ ਦੀ ਸੂਬਾ ਪ੍ਰਧਾਨ ਤੇ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਨਦਰ ਕੌਰ ਅਤੇ ਹੋਰ ਲੀਡਰ ਪੀੜਿਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਤੇ ਜੈਨਦਰ ਕੌਰ ਨੇ ਸਰਕਾਰ ਦੀ ਵੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਦੇ ਵੱਲੋਂ ਪੁਲਿਸ ਨੂੰ ਮਹਿੰਗੀਆਂ ਗੱਡੀਆਂ ਖਰੀਦ ਕੇ ਦੇਣ ਦਾ ਕੀ ਫਾਇਦਾ ਜਦੋਂ ਪੁਲਿਸ ਲੋਕਾਂ ਇੱਥੋਂ ਤੱਕ ਕਿ ਬੱਚੇ-ਬੱਚੀਆਂ ਦੀ ਜਾਨ-ਮਾਲ ਦੀ ਰੱਖਿਆ ਵੀ ਯਕੀਨੀ ਨਹੀਂ ਬਣਾ ਸਕਦੀ ਉਹਨਾਂ ਕਿਹਾ ਕਿ ਸੂਬੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਦੇ ਵਿੱਚ ਸੂਬਾ ਸਰਕਾਰ ਫੇਲ ਸਾਬਿਤ ਹੋ ਚੁੱਕੀ ਹੈ ਕੁਛ ਨਹੀਂ ਹੋ ਰਿਹਾ ਨਾਲ ਕਿਸ ਨੂੰ ਫੜਦੇ ਨੇ ਨਾ ਕਿਸ ਨੂੰ ਕੁਝ ਕਰਦੇ ਨੇ ਆ ਦੇਖੋ ਵਿਚਾਰਿਆਂ ਦੀ 15 ਸਾਲ ਦੀ ਕੁੜੀ ਔਰ 6 ਸਾਲਾਂ ਦੀ ਕੁੜੀ ਸਹਿਤ ਕਰ ਰਹੀ ਸੀ 7 ਵਜੇ ਸ਼ਾਮ ਮੁੰਡਾ ਆਇਆ ਵੱਡੀ ਵਾਲੀ ਨੇ ਚਾਕੂ ਮਾਰ ਗਿਆ ਔਰ ਛੋਟੀ ਉਹਦੀ ਡੈਥ 9 ਵਜੇ ਹੋਗੀ ਔਰ ਛੋਟੀ ਵਾਲੀ ਨੂੰ ਇਹਨਾਂ ਸੱਦਾਂ ਲੱਗਿਆ ਕਿ ਉਹਦੀ ਡੈਥ ਅਕਸਰੇ ਹੋਗੀ ਇਹ ਕੀ ਬੋਤਰੀ ਕਾ ਦੱਸੋ ਉੱਥੇ ਹਰ ਸਾਰੇ ਏਰੀਆ ਜਿੱਥੇ ਰਹਿੰਦੇ ਨੇ ਸਭ ਕੁਛ ਅਕੂਸ ਕੁਛ ਨਾ ਕੁਛ ਹੋਈ ਜਾ ਰਿਹਾ ਹੈ। ਮੁੰਡਾ ਭੱਜ ਗਿਆ ਬਾਪ ਨੂੰ ਫੜਿਆ। ਜੋ ਮੈਨੂੰ ਪਤਾ ਲੱਗਿਆ ਹੈ ਕਿ ਇਹ ਇਹ ਬਿਲਕੁਲ ਗਲਤ ਕੰਮ ਹੈ। ਇਹ ਲਾਅ ਐਂਡ ਆਰਡਰ ਦਾ ਤਾਂ ਦੇਖੋ ਤੁਹਾਨੂੰ ਪਤਾ ਹੈ ਕਿਹੜੇ ਏਰੀਆ 'ਚ ਕ੍ਰਾਈਮ ਜ਼ਿਆਦਾ ਹੁੰਦਾ ਹੈ ਪਟਿਆਲੇ ਵਿੱਚ। ਸਾਰਾ ਉਹ ਜਿਹੜਾ ਏਰੀਆ ਹੈਗਾ ਉੱਥੇ ਹਰ ਰੋਜ਼ ਚੋਰੀਆਂ ਹੋ ਰਹੀਆਂ ਨੇ, ਲੁੱਟ ਹੋ ਰਹੀ ਹੈ। ਸਾਰਾ ਕੁਝ ਚੋਰੀ ਆਇਆ ਹੈਗਾ। ਹੁਣ ਚੱਕੂਆਂ ਤੇ ਵੀ ਆਗੇ 7 ਵਜੇ ਸ਼ਾਮ ਨੂੰ ਦੱਸੋ ਮੈਨੂੰ ਗੱਲ ਇਹਨਾਂ ਦੀ ਤਾਂ ਜ਼ਿੰਦਗੀ ਬਰਬਾਦ ਹੋ ਗਈ ਨਾ ਬੱਚੀਆਂ ਗਈਆਂ ਦੋਨੋਂ ਇੱਕ ਹੀ ਗੱਲ ਹੁੰਦੀ ਐ ਦੱਸੋ ਫੌਰੀਸ ਇੰਨੀ ਵਾਰੀ ਕਦੇ ਕਹਿੰਦੇ ਆ ਅਸੀਂ ਲੋ ਐਂਡ ਆਰਡਰ ਲਈ ਹੁਣ ਕਿੰਨੀਆਂ ਵੱਡੀਆਂ ਵੱਡੀਆਂ ਗੱਡੀਆਂ ਖਰੀਦੀਆਂ ਨੇ ਉਹ ਜਿਹੜੀ ਸਟਾਕਸ ਫੋਰਸ ਬਣਾਈ ਐ ਇੱਕ ਇੱਕ ਗੱਡੀ ਮੇਰੇ ਖਿਆਲੋਂ ਜਿਹੜੀ ਹਾਈਲੈਕਸ ਐ ਜਿਹੜੀ ਤਾਂ 30 ਲੱਖ ਦੀ ਐ 30 ਲੱਖ ਦੀ ਆ ਕੁਛ ਇਸ ਤਰ੍ਹਾਂ 30 ਲੱਖ ਦੀ 40 ਲੱਖ ਦੀ ਉਨਾ ਦਾ ਫਾਇਦਾ ਕੀ ਹੈ ਜੇ ਅਸੀਂ ਆਪਣੇ ਲੋਕਾਂ ਨੂੰ ਨਹੀਂ ਸੰਭਾਲ ਸਕਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਸੰਗਰੂਰ ਦੇ ਵਿੱਚ ਰੋਜ਼ਗਾਰ ਮਿਸ਼ਨ ਤਹਿਤ 2487 ਹੋਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਮੀਡੀਆ ਨੇ ਦਿਖਾਇਆ ਕਿ ਮੁੱਖ ਮੰਤਰੀ ਦੇ ਨਾਲ ਸੰਗਰੂਰ ਦੀ ਇੱਕ ਲੜਕੀ ਨੇ ਗੱਲ ਵੀ ਕੀਤੀ ਦੱਸਿਆ ਕਿ ਉਹ ਵਿਦੇਸ਼ ਜਾਣ ਦੀ ਤਿਆਰੀ ਕਰ ਰਹੀ ਸੀ ਪਰ ਹੁਣ ਉਹ ਪੰਜਾਬ 'ਚ ਰਹਿ ਕੇ ਸੇਵਾ ਕਰੂਗੀ ਕਿਉਂਕਿ ਉਸ ਨੂੰ ਪੰਜਾਬ ਸਰਕਾਰ ਨੇ ਸਰਕਾਰੀ ਨੌਕਰੀ ਦੇ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨਾਂ ਨੂੰ ਬਿਨਾਂ ਪੈਸੇ ਲਏ ਤੇ ਲਗਨ ਮਿਹਨਤ ਨਾਲ ਨੌਕਰੀ ਕਰਨ ਲਈ ਪ੍ਰੇਰਿਤ ਵੀ ਕੀਤਾ ਸੀਐਮ ਨੇ ਦੱਸਿਆ ਕਿ ਇਹਨਾਂ ਨਿਯੁਕਤੀ ਪੱਤਰਾਂ ਦੇ ਵਿੱਚ 1705 ਨੌਜਵਾਨ ਗ੍ਰਹਿ ਵਿਭਾਗ 205 ਸਮਾਜਿਕ ਨਿਆਂ ਦੇ ਵਿੱਚ 421 ਸਥਾਨਕ ਪ੍ਰਸ਼ਾਸਨ 39 ਮਾਲ ਤੇ 60 ਆਪਕਾਰੀ ਵਿਭਾਗ ਦੇ ਨੌਜਵਾਨਾਂ ਨੂੰ ਦਿੱਤੇ ਗਏ ਨੇ ਕਹਿੰਦੇ ਜੇ ਅੱਜ ਤੋਂ 72-73 ਸਾਲ ਪਹਿਲਾਂ ਇਹ ਸਭ ਕੁਝ ਹੋਇਆ ਹੁੰਦਾ ਤਾਂ ਸਾਡੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਜਾ ਕੇ ਖੱਜਲ ਖੁਆਰ ਨਾ ਹੋਣਾ ਪੈਂਦਾ ਸੋ ਅੱਜ ਬਹੁਤ ਖੁਸ਼ੀ ਦਾ ਮੌਕਾ ਜਿਹਦੇ ਵਿੱਚ ਸਾਡੇ 1750 ਤਾਂ ਤੁਸੀਂ ਮੇਰੇ ਕੋਲ ਜਿਹੜੀ ਗਿਣਤੀ ਦਿੱਤੀ ਹੈ ਉਹਦੇ ਚ ਇਹ ਕਿ 1750 ਜਿਹੜਾ ਉਹ ਹੋਣ ਡਿਪਾਰਟਮੈਂਟ ਵੱਲੋਂ ਹੈ ਜੋ ਕਨਸਟੇਬਲ ਤੇ ਬਾਕੀ ਪੋਸਟਾਂ ਤੇ ਤੇ ਨਾਲ 205 ਜਿਹੜਾ ਉਹ ਸੋਸ਼ਲ ਜਸਟਿਸ ਮਹਿਕਮਾ ਜਿਹੜਾ ਮੈਡਮ ਕੋਲੇ ਹੈ 39 ਨੌਕਰੀਆਂ ਜਿਹੜੀਆਂ ਨੇ ਉਹ ਐਕਸਾਈ ਰੈਵਨਿਊ ਚ ਨੇ ਐਕਸਾਈ ਚ 60 ਨੇ ਲੋਕਲ ਗਵਰਨਮੈਂਟ ਚ ਲੋਕਲ ਗਵਰਨਮੈਂਟ ਡਿਪਾਰਟਮੈਂਟ ਆ ਜਿਹੜਾ 421 ਨੇ ਕਾਰਪੋਰੇਸ਼ਨ ਡਿਪਾਰਟਮੈਂਟ ਚ 4 ਨੇ ਟੈਕਨੀਕਲ ਐਜੂਕੇਸ਼ਨ ਚ 8 ਨੇ ਸੋ ਬਹੁਤ ਭਾਰੀ ਗਿਣਤੀ ਚ ਇਹਦੇ ਵਿੱਚ ਕੁੜੀਆਂ ਵੀ ਨੇ ਸੋ ਇਸ ਕਰਕੇ ਬਰਾਬਰ ਦਾ ਮੌਕਾ ਮਿਲਣਾ ਚਾਹੀਦਾ ਹੈ ਇੱਥੇ ਕੋਈ ਭੇਦ ਭਾਵੇਂ ਇਸ ਤਰ੍ਹਾਂ ਦਾ ਨਹੀਂ ਹੁਣ ਅਸੀਂ ਕਰਦੇ ਕੁੜੀਆਂ ਜ਼ਿਆਦਾ ਪੜਦੀਆਂ ਸਗੋਂ ਨੰਬਰ ਜ਼ਿਆਦਾ ਆਉਂਦੇ ਆ ਔਰ ਪਰਿਵਾਰ ਪੂਰਾ ਪੜ ਜਾਂਦਾ ਜੇ ਇੱਕ ਕੁੜੀ ਪੜ ਜੇ ਸੋ ਸਾਡੀਆਂ ਧੀਆਂ ਨੂੰ ਭੈਣਾਂ ਨੂੰ ਹਰ ਕਿਸਮ ਦੀ ਨੌਕਰੀ ਕਰਨ ਦਾ ਅਧਿਕਾਰ ਵੀ ਹੈ ਤੋ ਕਾਮਯਾਬੀ ਵੀ ਨੇ ਅਸੀਂ ਤਾਂ ਤਜਰਬਾ ਕਰਕੇ ਦੇਖ ਲਿਆ ਏ ਪਾਕਿਸਤਾਨ ਵਿੱਚ ਵਸਦੇ ਸਿੱਖ ਭਾਈਚਾਰੇ ਦੇ ਲਈ ਇੱਕ ਵੱਡੀ ਮਾਣ ਵਾਲੀ ਖਬਰ ਹੈ ਕਿ ਪਾਕਿਸਤਾਨੀ ਪੰਜਾਬ ਯਾਨੀ ਕਿ ਲਹਿੰਦੇ ਪੰਜਾਬ ਦੇ ਵਿੱਚ ਹੁਣ ਜਦੋਂ ਨਵੀਂ ਸਰਕਾਰ ਬਣੀ ਹੈ ਤਾਂ ਪਹਿਲੇ ਸਿੱਖ ਰਮੇਸ਼ ਸਿੰਘ ਅਰੋੜਾ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਮਿਲੀ ਹੈ ਯਾਨੀ ਕਿ ਪਾਕਿਸਤਾਨ ਦੇ ਵਿੱਚ ਪਹਿਲੀ ਵਾਰੀ ਕੋਈ ਸਿੱਖ ਕੈਬਨਿਟ ਮੰਤਰੀ ਬਣਿਆ ਹੈ ਕੁਝ ਦਿਨ ਪਹਿਲਾਂ ਰਮੇਸ਼ ਸਿੰਘ ਅਰੋੜਾ ਨੂੰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੇਅਰਮੈਨ ਵੀ ਨਿਯੁਕਤ ਕੀਤਾ ਗਿਆ ਸੀ ਯਾਨੀ ਕਿ ਪਾਕਿਸਤਾਨ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਹੋਣ ਦੇ ਨਾਲ ਨਾਲ ਹੁਣ ਉਹ ਲਹਿੰਦੇ ਪੰਜਾਬ ਦੇ ਕੈਬਨਿਟ ਮੰਤਰੀ ਵੀ ਹਨ 8 ਫਰਵਰੀ ਨੂੰ ਹਿੰਆ ਆਮ ਚੋਣਾਂ ਦੌਰਾਨ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਸ਼ਰੀਫ ਦੀ ਪਾਰਟੀ ਨੂੰ ਪੰਜਾਬ ਸੂਬੇ ਦੇ ਵਿੱਚ ਬਹੁਮਤ ਮਿਲਿਆ ਸੀ ਨਵਾਜ਼ ਸ਼ਰੀਫ ਦੀ ਧੀ ਮਰੀਮ ਲੈਂਦੇ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣੀ ਸੀ ਉਹਨਾਂ ਦੇ ਚਾਚਾ ਸ਼ਾਹਬਾਸ਼ ਸ਼ਰੀਫ ਦੇਸ਼ ਦੇ ਦੂਸਰੀ ਵਾਰੀ ਪ੍ਰਧਾਨ ਮੰਤਰੀ ਬਣੇ ਹਨ ਤੇ ਮਰੀਮ ਦੀ ਕੈਬਨਿਟ ਦੇ ਵਿੱਚ ਹੀ ਰਮੇਸ਼ ਸਿੰਘ ਅਰੋੜਾ ਨੂੰ ਥਾਂ ਮਿਲੀ ਹੈ ਸ਼੍ਰੀ ਅਕਾਲਤਾਕ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗੈਂਦਰਬੀਰ ਸਿੰਘ ਨੇ ਪਾਕਿਸਤਾਨ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੂੰ ਪਾਕਿਸਤਾਨੀ ਪੰਜਾਬ ਦੇ ਘੱਟ ਗਿਣਤੀਆਂ ਬਾਰੇ ਮੰਤਰੀ ਬਣਾਏ ਜਾਣ ਤੇ ਸਿੱਖਾਂ ਨੂੰ ਵਧਾਈ ਦਿੰਦੇ ਆਸ ਜਿਤਾਈ ਕਿ ਰਮੇਸ਼ ਸਿੰਘ ਅਰੋੜਾ ਦੇ ਘੱਟ ਗਿਣਤੀਆਂ ਬਾਰੇ ਮੰਤਰੀ ਬਣਨ ਨਾਲ ਪਾਕਿਸਤਾਨ ਵਿਚਲੀਆਂ ਸਾਰੀਆਂ ਘੱਟ ਗਿਣਤੀਆਂ ਦੇ ਮਨੋਬਲ ਤੇ ਸੁਰੱਖਿਆ ਦੀ ਭਾਵਨਾ ਵਿੱਚ ਵਾਧਾ ਹੋਵੇਗਾ। ਬਹੁਤ ਖੁਸ਼ੀ ਦੀ ਗੱਲ ਹੈ ਕਿ ਲਿੰਦੇ ਪੰਜਾਬ ਵਿੱਚ ਇੱਕ ਗੋ ਸਿੱਖ ਨੂੰ ਸਤਗੁਰਾਂ ਨੇ ਬਹੁਤ ਵੱਡਾ ਮਾਣ ਬਖਸ਼ਿਸ਼ ਕੀਤਾ ਹੈ। ਕਿ ਸਰਦਾਰ ਪਰਮੇਸ਼ਰ ਸਿੰਘ ਜੀ ਅਰੋੜਾ ਜੋ ਘੱਟ ਗਿਣਤੀਆਂ ਦੇ ਮੰਤਰੀ ਬਣੇ ਨੇ ਜਿਨ੍ਹਾਂ ਤੋਂ ਸਾਰੀ ਕੌਮ ਨੂੰ ਬਹੁਤ ਵੱਡੀਆਂ ਆਸਾਂ ਨੇ ਔਰ ਆਸ ਕਰਦੇ ਹਾਂ ਕਿ ਪਾਕਿਸਤਾਨ ਵਿੱਚ ਰਹਿਣ ਵਾਲੇ ਘੱਟ ਗਿਣਤੀਆਂ ਦੀਆਂ ਜੋ ਵੀ ਜ਼ਰੂਰਤਾਂ ਨੇ ਉਹਨਾਂ ਵੱਲ ਜੋ ਵੀ ਲੋੜਾਂ ਨੇ ਉਹਨਾਂ ਵੱਲ ਉਹ ਉਚੇਚੇ ਤੌਰ ਤੇ ਬਹੁਤ ਧਿਆਨ ਦੇਣਗੇ ਔਰ ਜੋ ਪਾਕਿਸਤਾਨ ਵਿੱਚ ਰਹਿ ਚੁੱਕੇ ਗੁਰਦਾਰ ਜਿਨ੍ਹਾਂ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ ਉਨ੍ਹਾਂ ਗੁਰਧਾਮਾਂ ਦਾ ਔਰ ਸਮੁੱਚੇ ਸਿੱਖ ਪੰਥ ਦੇ ਪਾਕਿਸਤਾਨ ਵਿਚਲੇ ਮਸਲਿਆਂ ਦਾ ਸਰਦਾਰ ਰਮੇਸ਼ ਸਿੰਘ ਜੀ ਔਰੋੜਾ ਉੱਚੇਚੇ ਤੌਰ ਤੇ ਧਿਆਨ ਦੇ ਕੇ ਤੇ ਉਹਦੇ ਹੱਲ ਕਰਨ ਦਾ ਯਤਨ ਕਰਨਗੇ ਸਰਦਾਰ ਰਮੇਸ਼ ਸਿੰਘ ਜੀ ਔਰੋੜਾ ਨੂੰ ਉਹਨਾਂ ਦੇ ਘਟ ਗਿਣਤੀ ਮੰਤਰੀ ਬਣਨ ਤੇ ਅਦਾਸ ਵੱਲੋਂ ਬਹੁਤ ਬਹੁਤ ਵਧਾਈਆਂ ਹੋਣ ਔਰ ਗੁਰੂ ਚਰਨਾ ਵਿੱਚ ਇਹ ਅਰਦਾਸ ਹੈ ਕਿ ਸਤਿਗੁਰੂ ਜੀ ਹਮੇਸ਼ਾ ਹੀ ਉਹਨਾਂ ਨੂੰ ਕਾਮਯਾਬੀ ਬਖਸ਼ਿਸ਼ ਕਰਨ ਸਿਰ ਤੇ ਮੇਰ ਪਰਿਆ ਹੱਥ ਰੱਖਣ ਔਰ ਪੰਥ ਦੀ ਚੜ੍ਹਦੀ ਕਲਾ ਹਮੇਸ਼ਾ ਸਮੂੱਚੇ ਸੰਸਾਰ ਵਿੱਚ ਹੋਵੇ ਐਸਜੀਬੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਰਮੇਸ਼ ਸਿੰਘ ਅਰੋੜਾ ਨੂੰ ਵਧਾਈ ਦਿੰਦੇ ਆ ਕਿ ਹੈ ਕਿ ਰਮੇਸ਼ ਸਿੰਘ ਪਹਿਲਾਂ ਹੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਰਹੇ ਨੇ ਤੇ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੂੰ ਲੈਦੇ ਪੰਜਾਬ ਦੇ ਮੰਤਰੀ ਮੰਡਲ ਵਿੱਚ ਵੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ ਕਹਿੰਦੇ ਆਸ ਹੈ ਕਿ ਰਮੇਸ਼ ਸਿੰਘ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਵਜੋਂ ਸਰਕਾਰ ਤੇ ਘੱਟ ਗਿਣਤੀ ਸਿੱਖਾਂ ਦੇ ਵਿੱਚ ਪੁਲ ਵਜੋਂ ਕੰਮ ਕਰਨਗੇ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਵਿੱਚ ਸਿੱਖ ਗੁਰ ਸਰਕਾ ਲਈ ਵੀ ਯਤਨ ਕਰਨਗੇ ਰਮੇਸ਼ ਸਿੰਘ ਅਰੋੜਾ ਦੇ ਸੌਚਕ ਸਮਾਗਮ ਦੇ ਵਿੱਚ ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪ੍ਰੋਫੈਸਰ ਹਰਪਜਨ ਸਿੰਘ ਗਿੱਲ ਨੂੰ ਵੀ ਸੱਦਾ ਦਿੱਤਾ ਗਿਆ ਸੀ ਉਹ ਗਵਰਨਰ ਹਾਊਸ ਪਹੁੰਚੇ ਤੇ ਉਹਨਾਂ ਨੂੰ ਮੁਬਾਰਕਾ ਦਿੱਤੀਆਂ ਰਮੇਸ਼ ਸਿੰਘ ਅਰੋੜਾ ਨੇ ਸ਼੍ਰੀ ਨਨਕਾਣਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਦਇਆ ਸਿੰਘ ਤੇ ਡਾਕਟਰ ਕਲਿਆਣ ਸਿੰਘ ਦੇ ਜ਼ਰੀਏ ਹਰਪਜਨ ਸਿੰਘ ਗਿੱਲ ਨੂੰ ਸੱਦਾ ਭੇਜਿਆ ਸੀ ਜੋ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਲਈ ਲਾਹੌਰ ਪਹੁੰਚੇ ਸਨ ਲੈਦੇ ਪੰਜਾਬ ਦੇ ਕੈਬਨਿਟ ਮੰਤਰੀ ਵਜੋਂ ਸੌਚਕਣ ਤੋਂ ਬਾਅਦ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਉਹ ਭਾਰਤ ਤੇ ਪਾਕਿਸਤਾਨ ਵਿਚ ਯਤਨ ਕਰਨਗੇ ਦੋਵੇਂ ਪਾਸੇ ਧਾਰਮਿਕ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਉਪਰਾਲੇ ਵੀ ਕੀਤੇ ਜਾਣਗੇ ਇਸ ਸਬੰਧੀ ਉਹਨਾਂ ਨੇ ਕਿਹਾ ਕਿ ਉਹ ਐਸਜੀਪੀਸੀ ਪ੍ਰਧਾਨ ਤੇ ਹੋਰਾਂ ਨਾਲ ਵੀ ਗੱਲਬਾਤ ਕਰਨਗੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਪਾਸਪੋਰਟ ਦੀ ਸ਼ਰਤ ਤੇ ਥਾਂ ਆਧਾਰ ਕਾਰਡ ਜਾਂ ਹੋਰ شناختੀ ਕਾਰਡ ਦੀ ਵਰਤੋਂ ਦਾ ਮਸਲਾ ਵੀ ਚੁੱਕਣਗੇ ਯੂਕਰੇਨ ਅਤੇ ਰੂਸ ਦੀ ਜੰਗ ਦਰਮਿਆਨ ਰੂਸ ਵਿੱਚ ਕਈ ਭਾਰਤੀਆਂ ਨੂੰ ਧੋਖਾ ਦੇ ਕੇ ਜ਼ਬਰਦਸਤੀ ਯੂਕਰੇਨ ਵਿਰੁੱਧ ਜੰਗ ਛੇੜਨ ਦੇ ਕਥਿਤ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਰੂਸ ਵੱਲੋਂ ਯੂਕਰੇਨ ਨਾਲ ਜੰਗ ਵਿੱਚ ਭਾਰਤੀ ਨੌਜਵਾਨਾਂ ਨੂੰ ਜ਼ਬਰਦਸਤੀ ਬੰਦੀ ਬਣਾ ਕੇ ਰੂਸੀ ਫੌਜ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਅਜਿਹਾ ਨਾ ਕਰਨ ਤੇ ਉਹਨਾਂ ਨੂੰ ਸਾਲਾਂ ਬੱਧੀ ਜੇਲ੍ਹਾਂ ਵਿੱਚ ਰ ਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਇਸੇਬੰਦੀ ਦੀਨਾ ਨਗਰ ਦੇ ਇੱਕ ਪਰਿਵਾਰ ਨੇ ਵੀ ਕੇਂਦਰ ਤੇ ਪੰਜਾਬ ਸਰਕਾਰ ਤੋਂ ਮਦਦ ਮੰਗੀ ਸੀ ਜਿਸ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੇਵਾਲ ਤੁਰੰਤ ਐਕਸ਼ਨ ਵਿੱਚ ਆ ਗਏ ਨੇ ਮੰਤਰੀ ਢਾਲੇਵਾਲ ਨੇ ਪੰਜਾਬ ਸਰਕਾਰ ਦੇ ਐਨ ਆ ਆਰ ਆਈ ਵਿਭਾਗ ਦੇ ਵੱਲੋਂ ਕੇਂਦਰੀ ਵਿਦੇਸ਼ ਮੰਤਰਾਲੇ ਅਤੇ ਰੂਸ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਨੂੰ ਚਿੱਠੀ ਲਿਖ ਕੇ ਪੰਜਾਬ ਦੇ ਮੁੰਡਿਆਂ ਨੂੰ ਵਾਪਸ ਲਿਆਉਣ ਲਈ ਪਹਿਲ ਕਦਮੀ ਕਰਨ ਦੀ ਬੇਨਤੀ ਕੀਤੀ ਹੈ ਦਰਅਸਲ ਦੀਨਾ ਨਗਰ ਦੇ ਪਿੰਡ ਅਵਾਂਖਾ ਦੀ ਰਹਿਣ ਵਾਲੀ ਨਵਦੀਪ कौर ਨੇ ਦੱਸਿਆ ਕਿ ਉਸ ਦਾ ਭਰਾ ਰਵਨੀਤ ਸਿੰਘ ਕਰੀਬ 4 ਮਹੀਨੇ ਪਹਿਲਾਂ ਇੱਕ 에ਜੰਟ ਰਾਹੀਂ ਟੂਰਿਸਟ ਵੀਜ਼ੇ ਤੇ ਰੂਸ ਗਿਆ ਸੀ ਆਪਣੇ ਦੋਸਤ ਦੇ ਨਾਲ ਘੁੰਮਣ ਗਿਆ ਸੀ ਉੱਥੇ ਜਾ ਕੇ ਰਵਨੀਤ ਦੀਨਾਨਗਰ ਦੇ ਪਿੰਡ ਜੰਡੇ ਦੇ ਇੱਕ ਹੋ ਨੌਜਵਾਨ ਵਿਕਰਮ ਸਿੰਘ ਦੇ ਨਾਲ ਬਾਹਰ ਕਿਤੇ ਜਦੋਂ ਘੁੰਮਣ ਨਿਕਲਿਆ ਹੋਇਆ ਸੀ ਤਾਂ ਰੂਸੀ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਰੂਸ ਦੀ ਫੌਜ ਦੇ ਹਵਾਲੇ ਕਰ ਦਿੱਤਾ ਤੇ ਹੁਣ ਰਵਨੀਤ ਸਿੰਘ ਤੇ ਯੂਕਰੇਨ ਵਿਰੁੱਧ ਜੰਗ ਲੜਨ ਲਈ ਦਬਾਅ ਪਾਇਆ ਜਾ ਰਿਹਾ ਹੈ ਫੌਜ ਵਿੱਚ ਸ਼ਾਮਿਲ ਹੋਣ ਲਈ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਦੋਵਾਂ ਦੇ ਪਰਿਵਾਰਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਆਪਣੇ ਬੱਚਿਆਂ ਨੂੰ ਬਚਾਉਣ ਦੀ ਅਪੀਲ ਕੀਤੀ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਪੰਜਾਬ ਤੇ ਹਰਿਆਣਾ ਦੇ ਨੌਜਵਾਨ ਨੇ ਜਿਹੜੇ ਰੂਸ ਘੁੰਮਣ ਲਈ ਗਏ ਸੀ ਉਹਨਾਂ ਨੂੰ ਏਜੰਟ ਨੇ ਧੋਖੇ ਨਾਲ ਬੇਲਾਰੂਸ ਭੇਜ ਦਿੱਤਾ ਸੀ ਫੌਜ ਦੀਆਂ ਵਰਦੀਆਂ ਪਵਾ ਦਿੱਤੀਆਂ ਨੇ ਉਹਨਾਂ ਦੀ ਵੀਡੀਓ ਸਾਹਮਣੇ ਆਈ ਤਾਂ ਹੁਣ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਪੁਚਾਲ ਆ ਗਿਆ ਹੈ ਇਸ ਨੂੰ ਪੁਚਾਲ ਦਾ ਸੇਕ ਸੈਂਟਰ ਸਰਕਾਰ ਤੱਕ ਪਹੁੰਚਣਾ ਚਾਹੀਦਾ ਤਾਂ ਹੀ ਇਹ ਮਸਲਾ ਹੱਲ ਹੋ ਸਕਦਾ ਹੈ ਇਸ ਦਰਮਿਆਨ ਵੱਡੀ ਜਾਣਕਾਰੀ ਮਿਲ ਰਹੀ ਹੈ ਕਿ ਸੀਬੀਆਈ ਨੇ ਮਨੁੱਖੀ ਤਸਕਰੀ ਨਾਲ ਜੁੜੇ ਵੱਡੇ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ ਸੀਬੀਆਈ ਦੇ ਅਧਿਕਾਰੀਆਂ ਨੇ ਦੱਸਿਆ ਕਿ ਨੈਟਵਰਕ ਦੀ ਆੜ ਵਿੱਚ ਭਾਰਤੀ ਨਾਗਰਿਕਾਂ ਨੂੰ ਵਿਦੇਸ਼ਾਂ ਦੇ ਵਿੱਚ ਚੰਗੀਆਂ ਨੌਕਰੀਆਂ ਦਾ ਲਾਲਚ ਦੇ ਕੇ ਰੂਸ ਯੂਕਰੇਨ ਵਿਚਾਲੇ ਜੰਗ ਵਿੱਚ ਧੱਕਿਆ ਜਾ ਰਿਹਾ ਸੀ ਏਜੰਸੀ ਨੇ 7 ਸ਼ਹਿਰਾਂ ਵਿੱਚ 10 ਤੋਂ ਵੱਧ ਟਿਕਾਣਿਆਂ ਤੇ ਛਾਪੇ ਮਾਰੇ ਤੇ ਦੱਸਿਆ ਕਿ ਕਈ ਵੀਜ਼ਾ ਕੰਸਲਟੈਂਸੀ ਫਰਮਾਂ ਤੇ 에ਜੰਟਾਂ ਦੇ ਖਿਲਾਫ ਐਫਆਈਆਰ ਵੀ ਦਰਜ ਕਰ ਲਈ ਹੈ ਛਾਪਿਆਂ ਦੌਰਾਨ ਕਈ ਬੰਦਿਆਂ ਨੂੰ ਹਿਰਾਸਤ ਵਿੱਚ ਲੈਣ ਤੋਂ ਇਲਾਵਾ 50 ਲੱਖ ਦੀ ਨਗਦੀ ਵੀ ਜ਼ਬਤ ਕੀਤੀ ਗਈ ਹੈ ਪਿਛਲੇ ਦਿਨੀ ਨੌਕਰੀ ਦੇ ਬਹਾਨੇ ਰੂਸੀ ਫੌਜ ਵਿੱਚ ਸ਼ਾਮਲ ਕੀਤੇ ਗਏ ਭਾਰਤੀ ਨਾਗਰਿਕ ਮੁਹੰਮਦ ਅਫਸਾਨ ਦੀ ਯੂਕਰੇਨ ਖਿਲਾਫ ਜੰਗ ਦੌਰਾਨ ਜਾਨ ਚਲੀ ਗਈ ਸੀ। ਪੰਜਾਬ ਦਾ ਜਿਹੜਾ ਦੀਨਾ ਨਗਰ ਵਾਲਾ ਮਸਲਾ ਹੈ ਉਹ ਤੁਹਾਨੂੰ ਅਸੀਂ ਹੁਣੇ ਦੱਸ ਕੇ ਹਟਿਆ। ਤੇ ਇਸੇ ਦੌਰਾਨ ਐਕਸ ਤੇ ਇੱਕ ਵਾਇਰਲ ਵੀਡੀਓ ਵਿੱਚ ਪੰਜਾਬ ਤੇ ਹਰਿਆਣਾ ਨਾਲ ਸਬੰਧਿਤ ਸੱਤ ਨੌਜਵਾਨਾਂ ਨੇ ਦਾਵਾ ਕੀਤਾ ਕਿ ਉਹ ਨਵੇਂ ਸਾਲ ਦੇ ਜਸ਼ਨ ਮਨਾਉਣ ਲਈ ਰੂਸ ਗਏ ਸੀ ਪਰ ਉਹਨਾਂ ਨੂੰ ਯੂਕਰੇਨ ਖਿਲਾਫ ਜੰਗ ਦੇ ਮੈਦਾਨ ਵਿੱਚ ਧੱਕਿਆ ਗਿਆ। ਇਹ ਸੱਤ ਜਣੇ ਗਗਨਦੀਪ ਸਿੰਘ 24 ਸਾਲ ਦੀ ਉਮਰ ਹੈ, ਲਾਪ੍ਰੀਤ ਸਿੰਘ 24 ਸਾਲ, ਨਰੈਣ ਸਿੰਘ 바이 ਗੁਰਪ੍ਰੀਤ ਸਿੰਘ 21 ਸਾਲ ਗੁਰਪ੍ਰੀਤ ਸਿੰਘ 23 ਸਾਲ ਹਰਸ਼ ਕੁਮਾਰ 23 ਤੇ ਅਭਿਸ਼ੇਕ ਕੁਮਾਰ 21 ਸਾਲ ਯਾਨੀ ਕਿ ਸਾਰੇ ਨੌਜਵਾਨ 25 ਸਾਲ ਤੋਂ ਘਾਟੋ ਮਰਦੇ ਨੇ ਤੇ ਪੰਜ ਨੌਜਵਾਨ ਪੰਜਾਬ ਤੇ ਦੋ ਹਰਿਆਣਾ ਨਾਲ ਸੰਬੰਧਿਤ ਨੇ ਤੇ ਹੁਣ सीबीआई ਦੇ ਵੱਲੋਂ ਇਸ ਮਸਲੇ ਦੀ ਜਾਂਚ ਵਿੱਡੇ ਜਾਣ ਤੋਂ ਬਾਅਦ ਰੂਸ ਯੂਕਰੇਨ ਜੰਗ ਦੇ ਵਿੱਚ ਧੱਕੇ ਗਏ ਨੌਜਵਾਨਾਂ ਦੀ ਵਾਪਸੀ ਦੀ ਆਸ ਜ਼ਰੂਰ ਵੱਜ ਗਈ ਹੈ ਕਿ ਭਾਰਤ ਸਰਕਾਰ ਹੁਣ ਇਸ ਮਸਲੇ ਨੂੰ ਗੰਭੀਰਤਾ ਨਾਲ ਲੈ ਸਕਦੀ ਹੈ ਦਿੱਲੀ ਦੀ ਕਥਿਤ ਸ਼ਰਾਬ ਨੀਤੀ ਘੁਟਾਲਾ ਮਾਮਲੇ ਦੇ ਵਿੱਚ ਕਈ ਸਮਨਾਂ ਨੂੰ ਨਜ਼ਰਅੰਦਾਜ਼ ਕਰਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ ਅਦਾਲਤ ਪਹੁੰਚ ਗਈ ਹੈ ਤੇ ਈਡੀ ਦੀ ਤਾਜ਼ਾ ਸ਼ਿਕਾਇਤ ਤੇ ਅਦਾਲਤ ਨੇ ਅਰਵਿੰਦ ਕੇਜਰੀਵਾਲ ਨੂੰ 16 ਮਾਰਚ ਨੂੰ ਤਲਬ ਕਰ ਲਿਆ ਦਿੱਲੀ ਅਦਾਲਤ ਨੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਕਥਿਤ ਆਪਕਾਰੀ ਕਪਲੇ ਨਾਲ ਸੰਬੰਧਿਤ ਮੰਨੀ ਲੌਂਡਰਿੰਗ ਮਾਮਲੇ ਦੇ ਵਿੱਚ ਵਾਰੀ-ਵਾਰੀ ਸਮੰਧੀ ਪਾਲਣਾ ਨਾ ਕਰਨ ਦੀ ਤਾਜ਼ਾ ਸ਼ਿਕਾਇਤ ਤੇ ਤਲਬ ਕੀਤਾ ਹੈ। ਵਧੀਕ ਚੀਫ ਮੈਟਰੋਪੋਲੀਟਨ ਮੈਜਿਸਟਰੇਟ ਦਿਵਯਮਲ ਹੋਤਰਾ ਨੇ ਕੇਜਰੀਵਾਲ ਨੂੰ 16 ਮਾਰਚ ਨੂੰ ਹੁਣ ਅਦਾਲਤ ਵਿੱਚ ਸੱਦ ਲਿਆ ਹੈ। ਇਹੀ ਨੇ منی ਲਾਂਡਰਿੰਗ ਜਾਂਚ ਵਿੱਚ ਸਬੰਧੀ ਪਾਲਣਾ ਨਾ ਕਰਨ ਦੇ ਲਈ ਸੀਐਮ ਕੇਜਰੀਵਾਲ ਦੇ ਵਿਰੁੱਧ ਮੁਕੱਦਮਾ ਚਲਾਉਣ ਦੀ ਮੰਗ ਕਰਦਿਆਂ ਬੁੱਧਵਾਰ ਨੂੰ ਅਦਾਲਤ ਵਿੱਚ ਤਾਜ਼ਾ ਸ਼ਿਕਾਇਤ ਦਰਜ ਕਰਵਾਈ ਸੀ ਹਾਲਾਂਕਿ ਤਾਜ਼ਾ 8ਵਾਂ ਨੋਟਿਸ ਜਦੋਂ ਅਰਵਿੰਦ ਕੇਜਰੀਵਾਲ ਨੂੰ ਮਿਲਿਆ ਸੀ ਤਾਂ ਕੇਜਰੀਵਾਲ ਨੇ ਈਡੀ ਨੂੰ ਭੇਜੇ ਜਵਾਬ ਦੇ ਵਿੱਚ ਪਹਿਲੀ ਵਾਰੀ ਕਿਹਾ ਸੀ ਕਿ ਮੈਂ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ 8 ਮਾਰਚ ਤੋਂ ਬਾਅਦ ਕਿਸੇ ਵਕਤ ਵੀ ਪੇਸ਼ ਹੋ ਸਕਦਾ ਜਦੋਂ ਮਰਜ਼ੀ ਤੁਸੀਂ ਮੈਨੂੰ ਬੁਲਾ ਸਕਦੇ ਹੋ ਉਧਰ ਕੇਜਰੀਵਾਲ ਵੱਲੋਂ ਈਡੀ ਦੇ ਸਾਹਮਣੇ ਪੇਸ਼ ਨਾ ਹੋਣ ਤੇ ਕਾਂਗਰਸ ਦੇ ਵਿਧਾਇਕ ਸੁਖपाल ਸਿੰਘ ਖੈਰਾ ਨੇ ਦੰਜ ਕੱਸਿਆ ਖੈਰਾ ਨੇ ਕਿ ਸ਼ੌਣ ਤੋਂ ਕਿਉਂ ਡਰ ਰਹੇ ਹੋ ਸ਼ਰਾਬ ਘਟਾਲੇ ਦੇ ਵਿੱਚ ਕਹਿੰਦੇ ਮਨੀਸ਼ ਸੋਸੋਦੀਆ ਸਤਿੰਦਰ ਜੈਨ ਦੀ ਸੁਪਰੀਮ ਕੋਰਟ ਨੇ ਬੇਲ ਰੱਦ ਕਰਕੇ ਜੇਲ੍ਹ ਭੇਜ ਦਿੱਤਾ ਸੀ ਫਿਰ ਵੀ ਕਹਿੰਦੇ ਉਹ ਕੱਟੜ ਇਮਾਨਦਾਰ ਹੋਣ ਦਾ ਦਾਵਾ ਕਰੀ ਜਾਂਦੇ ਨੇ ਦੂਸਰੇ ਪਾਸੇ ਕਹਿੰਦੇ ਭਗਵੰਤ ਮਾਨ ਵੀ ਇਸੇ ਪੰਜਾਬ ਪੁਲਿਸ ਨੂੰ ਆਪਣੇ ਵਿਰੋਧੀਆਂ ਖਿਲਾਫ ਵਰਤ ਰਹੇ ਨੇ ਤੁਹਾਡੇ ਤੇ ਬੀਜੇਪੀ ਦੇ ਵਿੱਚ ਆਖਿਰਕਾਰ ਫਰਕ ਕੀ ਹੈ ਜਿਹੜਾ ਖੂਦ ਤੁਸੀਂ ਪੱਟਿਆ ਸੀ ਉਹਦੇ ਵਿੱਚ ਤੁਸੀਂ ਡਿੱਗ ਰਹੇ ਹੋ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਚੋਣਾਂ ਦਾ ਨਵੇੜਾ ਹੋਣ ਤੋਂ ਬਾਅਦ ਰੇੜਕਾ ਹਾਲੇ ਤੱਕ ਵੀ ਖਤਮ ਨਹੀਂ ਹੋਇਆ ਪਰਸੋਂ ਨਗਰ ਨਿਗਮ ਦੀ ਬਜਟ ਮੀਟਿੰਗ ਹੋਈ ਸੀ ਮੇਅਰ ਕੁਲਦੀਪ ਕੁਮਾਰ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਕੀਤੀ ਗਈ ਸੀ ਇਸ ਮੀਟਿੰਗ ਨੂੰ ਹੁਣ ਭਾਜਪਾ ਨੇ ਗੈਰ ਕਾਨੂੰਨੀ ਦੱਸਿਆ ਹੈ ਇਸ ਮੀਟਿੰਗ ਦੀ ਤਿਆਰੀ ਲਈ ਖਾਣਾ ਨਾਸ਼ਤਾ ਵੀਡੀਓਗ੍ਰਾਫੀ ਆਦਿ ਤੇ ਖਰਚੇ ਕੀਤੇ ਗਏ ਖਰਚ ਕੀਤੇ ਗਏ ਲੱਖਾਂ ਰੁਪਈਆਂ ਦੀ ਨਿਖੇਧੀ ਵੀ ਕੀਤੀ ਭਾਜਪਾ ਕੌਂਸਲਰਾਂ ਨੇ ਮੇਅਰ ਕੁਲਦੀਪ ਕੁਮਾਰ ਤੋਂ ਖਰਚੇ ਦੀ ਵਸੂਲੀ ਦੀ ਮੰਗ ਕਰਦੇ ਆ ਨਗਰ ਨਿਗਮ ਐਕਟ ਦੀ ਧਾਰਾ 416 ਤਹਿਤ ਸ਼ਿਕਾਇਤ ਦਰਜ ਕਰਵਾਈ ਗਈ ਹੈ ਇਸ ਵਾਸਤੇ ਭਾਜਪਾ ਕੌਂਸਲਰਾਂ ਦਾ ਵਫਦ ਸਖਤਰ ਸਰਕਾਰ ਸਥਾਨਕ ਸਰਕਾਰਾਂ ਤੇ ਨਗਰ ਨਿਗਮ ਕਮਿਸ਼ਨਰ ਨੂੰ ਮ ਕਮਿਸ਼ਨਰ ਅਨੰਦਤਾ ਮਿੱਤਰਾ ਨੂੰ ਇਹਨਾਂ ਨੇ ਲਿਖਤੀ ਸ਼ਿਕਾਇਤ ਦੇ ਕੇ ਕਿਹਾ ਹੈ ਕਿ ਮੇਰ ਕੁਲਦੀਪ ਕੁਮਾਰ ਦੇ ਵੱਲੋਂ 6 ਫਰਵਰੀ ਨੂੰ ਨਿਗਮ ਹਾਊਸ 'ਚ ਬੁਲਾਈ ਗਈ ਬਜਟ ਮੀਟਿੰਗ ਗੈਰ ਕਾਨੂੰਨੀ ਤੇ ਅਰਥੀਣ ਹੈ ਕਿਉਂਕਿ ਬਜਟ ਸਭ ਤੋਂ ਪਹਿਲਾਂ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਮੂਰੇ ਰੱਖਿਆ ਜਾਂਦਾ ਤੇ ਠੇਕਾ ਕਮੇਟੀ ਦੀ ਮੀਟਿੰਗ ਵਿੱਚ ਪੇਸ਼ ਕੀਤੇ ਬਿਨਾ ਸਦਨ ਵਿੱਚ ਬਜਟ ਤੇ ਚਰਚਾ ਕਰਨੀ ਪੂਰੀ ਤਰ੍ਹਾਂ ਦੇ ਨਾਲ ਗੈਰ ਕਾਨੂੰਨੀ ਹੈ ਉਧਰ ਨਗਰ ਨਿਗਮ ਦੇ ਵਿੱਚ ਫਾਈਨਾਂਸ ਐਂਡ ਕੰਟਰੈਕਟ ਕਮੇਟੀ ਦੇ ਪੰਜ ਮੈਂਬਰਾਂ ਦੀ 11 ਮਾਰਚ ਨੂੰ ਚੋਣ ਹੋਣੀ ਹੈ ਇਸ ਸਬੰਧੀ ਭਾਜਪੀ ਸਮੇਤ ਆਵਾਦਵੀ ਪਾਰਟੀ ਤੇ ਕਾਂਗਰਸ ਗੱਟਜੋੜ ਦੇ ਕੌਂਸਲਰਾਂ ਨੇ ਨਾਮਜ਼ਦਗੀ ਪਰਚੇ ਦਾਖਲ ਭਰੀਆਂ ਨੇ ਤੇ 11 ਮਾਰਚ ਨੂੰ ਵੋਟਾਂ ਪੈਣਗੀਆਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਖੁਫੀਆ ਕਾਰਵਾਈ ਦੌਰਾਨ ਪੰਜਾਬ ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਕੋਲੋਂ ਅਸਲਾ ਵੀ ਬਰਾਮਦ ਹੋਇਆ ਦਾਵਾ ਕੀਤਾ ਕਿ ਦੋਵੇਂ ਟਾਰਗੇਟ ਕਿਲਿੰਗ ਲਈ ਮੌਕੇ ਦੀ ਭਾਲ ਵਿੱਚ ਸਨ ਪਰ ਪੁਲਿਸ ਨੇ ਮੁਸਤੈਦੀ ਕਰਦਿਆਂ ਇਹਨਾਂ ਦੀ ਸਾਜ਼ਿਸ਼ ناکام ਕਰ ਦਿੱਤੀ ਦੋ ਪਿਸਤੌਲਾਂ ਸਮੇਤ ਚਾਰ ਮੈਗਜ਼ੀਨ ਤੇ 30 ਕਾਰਤੂਸ ਬਰਾਮਦ ਕੀਤੇ ਨੇ ਉਧਰ ਬਿਹਾਰ ਪੁਲਿਸ ਨੇ ਦਾਵਾ ਕੀਤਾ ਹੈ ਕਿ ਉਹਨਾਂ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੋਹ ਦੇ ਦੋ ਸ਼ੂਟਰਾਂ ਸੁਨੀਲ ਕਰੋਲੀਆ ਜੈਪੁਰ ਤੇ ਸ਼ਾਨਵਾਜ ਸਾਹਿਲ ਬਿਹਾਰ ਨੂੰ ਗ੍ਰਿਫਤਾਰ ਕੀਤਾ ਹੈ। ਦੇਰ ਰਾਤ ਮੁਜ਼ਫਰਪੁਰ ਤੇ ਸੀਤਾਮੜੀ ਪੁਲਿਸ ਨੇ ਸਾਂਝੇ ਤੌਰ ਤੇ ਕਾਰਵਾਈ ਦੌਰਾਨ ਇਹ ਗ੍ਰਿਫਤਾਰੀਆਂ ਕੀਤੀਆਂ। ਇਹ ਦੋਵੇਂ ਸ਼ੂਟਰ ਨੇਪਾਲ ਤੋਂ ਆ ਰਹੇ ਸਨ ਪਰ ਪੁਲਿਸ ਦੀ ਕਾਰਵਾਈ ਦੌਰਾਨ ਕਾਬੂ ਵਿੱਚ ਆ ਗਏ। ਇਹਨਾਂ ਦੋਵਾਂ ਦੇ ਖਿਲਾਫ ਰਾਜਸਥਾਨ, ਪੰਜਾਬ ਤੇ ਮੱਧ ਪ੍ਰਦੇਸ਼ ਵਿੱਚ ਕਈ ਮਾਮਲੇ ਦਰਜ ਹਨ। ਪੰਜਾਬ ਦੇ ਵਿੱਚ ਅਨਾਜ ਪਾਲਿਸੀ ਦੀ ਮੰਗ ਨੂੰ ਲੈ ਕੇ ਰੋਸ ਮੁਜ਼ਾਹਰਾ ਕਰਦੇ ਟਰੱਕ ਆਪਰੇਟਰਾਂ ਤੇ ਪੱਲੇਦਾਰਾਂ ਤੇ ਕੱਲ ਪੁਲਿਸ ਨੇ लाठी चार्ज ਕੀਤਾ ਟਰੱਕ ਆਪਰੇਟਰ ਯੂਨੀਅਨ ਤੇ ਪੱਲੇਦਾਰ ਯੂਨੀਅਨ ਨੇ ਪੰਜਾਬ ਸਰਕਾਰ ਦੀ ਅਨਾਜ ਨੀਤੀ ਦੇ ਵਿਰੋਧ ਵਿੱਚ ਕੱਲ ਲੁਧਿਆਣਾ ਦਾ ਸਭ ਤੋਂ ਵੱਡਾ ਤੇ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਜਾਮ ਕਰ ਦਿੱਤਾ ਜਿਸ ਨੂੰ ਖੁਲਵਾਉਣ ਲਈ ਪੁਲਿਸ ਨੇ लाठी चार्ज ਕੀਤਾ ਰੋਸ ਪ੍ਰਦਰਸ਼ਨ ਦਰਾਂ ਜਲੰਧਰ ਤੇ ਦਿੱਲੀ ਤੋਂ ਆਉਣ ਵਾਲੀ ਆਵਾਜਾਈ ਰੁਕ ਗਈ ਕਈ ਕਿਲੋਮੀਟਰ ਲੰਬੀਆਂ ਲਾਈਨਾਂ ਲੱਗੀਆਂ ਪਹਿਲਾਂ ਤਾਂ ਪੁਲਿਸ ਨੇ ਇਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਯੂਨੀਅਨ ਦੇ ਆਗੂਆਂ ਨੇ ਮੰਗਾ ਮੰਨੇ ਜਾਣ ਤੱਕ ਧਰਨਾ ਜਾਰੀ ਰੱਖਣ ਦੀ ਜਦੋਂ ਗੱਲ ਕੀਤੀ ਤਾਂ ਮਾਹੌਲ ਗਰਮ ਹੋ ਗਿਆ ਕਿਉਂਕਿ ਦੋਵੇਂ ਪਾਸੇ ਲੱਗੇ ਜਾਮ ਦੇ ਵਿੱਚ ਐਂਬੂਲੈਂਸਾਂ ਵੀ ਫਸੀਆਂ ਹੋਈਆਂ ਸਨ ਪੁਲਿਸ ਨੇ ਯੂਨੀਅਨ ਪ੍ਰਧਾਨ ਸਮੇਤ ਕਈ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਯੂਨੀਅਨ ਨੇ ਪੰਜਾਬ ਸਰਕਾਰ ਤੇ ਮੰਗਾਂ ਨਾ ਮੰਨਣ ਦਾ ਦੋਸ਼ ਲਾਉਂਦਿਆਂ ਨਾਰੇਬਾਜ਼ੀ ਕੀਤੀ। ਉਧਰ ਪੰਜਾਬ ਦੇ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਦੇ ਵਿੱਚ ਨੰਬਰਦਾਰਾਂ ਨੇ ਸੂਬਾ ਪੱਧਰੀ ਰੋਸ ਰੈਲੀ ਕੀਤੀ। ਪੰਜਾਬ ਨੰਬਰਦਾਰਾਂ ਯੂਨੀਅਨ ਦੀ ਅਗਵਾਈ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਨੰਬਰਦਾਰ ਪਹੁੰਚੇ ਤੇ ਚੋਣਾ ਮੌਕੇ ਕੀਤੇ ਵਾਅਦੇ ਪੂਰੇ ਨਾ ਕਰਨ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਜ਼ਬਰਦਸਤ ਨਾਰੇਬਾਜ਼ੀ ਕੀਤੀ। ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਨੰਬਰਦਾਰਾਂ ਨਾਲ ਕੀਤੇ ਵਾਅਦੇ ਤੁਰੰਤ ਪੂਰੇ ਨਾ ਕੀਤੇ ਗਏ ਲੋਕ ਸਭਾ ਚੋਣਾਂ ਦੇ ਵਿੱਚ ਸੱਤਾਧਾਰੀ ਪਾਰਟੀ ਨੂੰ ਨੰਬਰਦਾਰਾਂ ਦੇ ਰੋਧ ਦਾ ਸਾਹਮਣਾ ਕਰਨਾ ਪਊਗਾ ਇਹਨਾਂ ਦਾ ਰੋਸ ਹੈ ਕਿ ਵਿਧਾਨ ਸਭਾ ਚੋਣਾਂ ਮੌਕੇ ਨੰਬਰਦਾਰਾਂ ਦੀਆਂ ਮੰਗਾਂ ਚੋਣ ਮੈਨੀਫੈਸਟੋ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਦਰਜ ਕੀਤੀਆਂ ਸੀ ਪਰ 2 ਸਾਲ ਬੀਤਣ ਦੇ ਬਾਵਜੂਦ ਵੀ ਇਵਾਦੇ ਪੂਰੇ ਨਹੀਂ ਹੋਏ ਅਗਲੇ ਐਕਸ਼ਨ ਦਾ ਐਲਾਨ ਕਰਦੇ ਹਨ ਇਹਨਾਂ ਨੇ ਕਿਹਾ ਹੈ ਕਿ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦੇ ਮੂਰੇ ਰੋਸ ਧਰਨੇ ਦਿੱਤੇ ਜਾਣਗੇ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਵੀ ਕੀਤਾ ਜਾਊਗਾ ਸੈਂਟਰ ਸਰਕਾਰ ਨੇ ਇਸ ਸਾਲ ਪਹਿਲੀ ਜਨਵਰੀ ਤੋਂ ਆਪਣੇ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਯਾਨੀ ਕਿ ਡੀਏ ਨੂੰ ਮੌਜੂਦਾ 46% ਤੋਂ 4% ਵਧਾ ਕੇ ਮੁੱਢਲੀ ਤਨਖਾਹ ਦਾ 50% ਕਰਨ ਦਾ ਐਲਾਨ ਕੀਤਾ ਯਾਨੀ ਕਿ ਕੇਂਦਰੀ ਮੁਲਾਜ਼ਮਾਂ ਦੇ ਡੀਏ ਵਿੱਚ 4% ਦਾ ਵਾਧਾ ਕਰ ਦਿੱਤਾ ਗਿਆ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਗਏ ਇਸ ਐਲਾਨ ਦਾ ਲਾਭ 1 ਕਰੋੜ ਤੋਂ ਵੱਧ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਮਿਲੇਗਾ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਤਰਕਨ ਨਾਲ ਗੱਲਬਾਤ ਕਰਦੇ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਨੇ 1 ਜਨਵਰੀ 2024 ਤੋਂ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਲਈ ਮਹਿੰਗਾਈ ਪੱਤੇ ਦੀ ਵਾਧੂ ਕਿਸ਼ਤ ਜਾਰੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਪੈਨਸ਼ਨਰਾਂ ਦੇ ਲਈ ਮਹਿੰਗਾਈ ਰਾਹਤ ਦੀ ਕਿਸ਼ਤ ਵੀ ਜਾਰੀ ਕੀਤੀ ਜਾਊਗੀ ਡੀਏ ਵਿੱਚ ਵਾਦੇ ਦੇ ਨਾਲ ਨਾਲ ਟਰਾਂਸਪੋਰਟ ਪੱਤਾ ਕੈਂਟੀਨ ਪੱਤਾ ਤੇ ਡੈਪੂਟੇਸ਼ਨ ਪੱਤੇ ਸਣੇ ਹੋਰ ਪੱਤਿਆਂ ਵਿੱਚ 25% ਦਾ ਵਾਅਦਾ ਕੀਤਾ ਗਿਆ ਮਕਾਨ ਕਿਰਾਇਆ ਪੱਤਾ ਮੁਰਲੀ ਤਨਖਾਹ ਦੇ 27% 19% ਤੇ 9% ਤੋਂ ਵਧਾ ਕੇ 30% 20% ਤੇ 10% ਕਰ ਦਿੱਤਾ ਗਿਆ ਗ੍ਰੈਚੂਇਟੀ ਤਹਿਤ ਲਾਭ ਦੇ ਵਿੱਚ 25% ਦਾ ਵਾਅਦਾ ਹੋਇਆ ਹੈ ਪੰਜਾਬ ਸਰਕਾਰ ਨੇ ਅੱਜ 8 ਮਾਰਚ ਨੂੰ ਸ਼ਿਵਰਾਤਰੀ ਦਿਹਾੜੇ ਮੌਕੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ ਵਿਦਿਅਕ ਅਦਾਰਿਆਂ ਸਮੇਤ ਸਾਰੇ ਸਰਕਾਰੀ ਪ੍ਰਾਈਵੇਟ ਦਫ਼ਤਰ ਬੰਦ ਰਹਿਣਗੇ ਅੱਜ ਕਮਾਂਤਰੀ ਮਹਿਲਾ ਦਿਵਸ ਹੈ ਸ਼ੁਰੂ ਦੇ ਵਿੱਚ ਇਸ ਨੂੰ ਇੰਟਰਨੈਸ਼ਨਲ ਵਰਕਿੰਗ ਵਿਮਨਸ ਡੇ ਕਿਹਾ ਜਾਂਦਾ ਸੀ ਹਰ ਸਾਲ 8 ਮਾਰਚ ਨੂੰ ਕਮਾਂਤਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ ਦੁਨੀਆ ਭਰ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਔਰਤਾਂ ਪ੍ਰਤੀ ਸਨਮਾਨ, ਪ੍ਰਸ਼ੰਸਾ ਅਤੇ ਪਿਆਰ ਨੂੰ ਪ੍ਰਗਟਾਉਣ ਦੇ ਲਈ ਇਹ ਦਿਨ ਖਾਸ ਤੌਰ ਤੇ ਔਰਤਾਂ ਨੂੰ ਸਮਰਪਿਤ ਮਨਾਇਆ ਜਾਂਦਾ ਹੈ। 28 ਫਰਵਰੀ 1909 ਨੂੰ ਅਮਰੀਕਾ ਦੀ ਸੋਸ਼ਲਿਸਟ ਪਾਰਟੀ ਨੇ ਪਹਿਲੀ ਵਾਰ ਨਿਊਯਾਰਕ ਸਿਟੀ ਦੇ ਵਿੱਚ ਔਰਤ ਦਿਵਸ ਮਨਾਇਆ ਸੀ ਤੇ ਫਿਰ 1910 ਦੇ ਅੰਤਰਰਾਸ਼ਟਰੀ ਸੋਸ਼ਲਿਸਟ ਵਿਮਨ ਕਾਨਫਰੰਸ ਦੇ ਵਿੱਚ ਪ੍ਰਸਤਾਵ ਦਿੱਤਾ ਸੀ ਕਿ ਹਰ ਸਾਲ ਖਾਸ ਤੌਰ ਤੇ ਔਰਤਾਂ ਨੂੰ ਸਮਰਪਿਤ ਕਮੰਤਰੀ ਨਾਰੀ ਦਿਹਾੜਾ ਮਨਾਇਆ ਜਾਵੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਤਾਂ ਅੱਜ ਦੇ ਦਿਨ ਨੈਸ਼ਨਲ ਛੁੱਟੀ ਹੁੰਦੀ ਹੈ ਕੁਝ ਥਾਵਾਂ ਤੇ ਇਹ ਵਿਰੋਧ ਦਾ ਦਿਨ ਵੀ ਹੁੰਦਾ ਹੈ ਜਿੱਥੇ ਔਰਤਾਂ ਦੇ ਹੱਕਾਂ ਨੂੰ ਅੱਜ ਤੱਕ ਕੁਚਲਿਆ ਜਾਂਦਾ ਹੈ ਉੱਥੇ ਔਰਤਾਂ ਦੇ ਵੱਲੋਂ ਪ੍ਰੋਟੈਸਟ ਵੀ ਕੀਤੇ ਜਾਂਦੇ ਨੇ ਯੂਨੋ ਦੇ ਵੱਲੋਂ ਵੀ ਹਰ ਸਾਲ ਇੱਕ ਵੱਖਰਾ ਮੋਟੋ ਰੱਖ ਕੇ ਇੰਟਰਨੈਸ਼ਨਲ ਵਿਮਨਸ ਡੇ ਮਨਾਇਆ ਜਾਂਦਾ ਹੈ ਦੁਨੀਆ ਭਰ ਦੀਆਂ ਸਾਰੀਆਂ ਬੀਬੀਆਂ ਨੂੰ ਅਸੀਂ ਅੱਜ ਤੇ ਦਿਹਾੜੇ ਦੀ ਮੁਬਾਰਕ ਦਿਨਨੇ ਹਾਂ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਮੁਤਾਬਿਕ ਅੱਜ ਵੀ ਪੰਜਾਬ ਹਰਿਆਣਾ ਸਮੇਤ ਚੰਡੀਗੜ੍ਹ ਹਿਮਾਚਲ ਵਿੱਚ ਮੌਸਮ ਸਾਫ਼ ਰਹੇਗਾ ਮੀਂਹ ਦੀ ਕੋਈ ਭਵਿੱਖਬਾਣੀ ਨਹੀਂ ਹੈ ਪਹਾੜਾਂ ਦੇ ਵਿੱਚ ਬਰਫ਼ਬਾਰੀ ਵੀ ਨਹੀਂ ਹੈ ਅੱਜ ਤੋਂ ਲੈ ਕੇ 11 ਮਾਰਚ ਤੱਕ ਮੌਸਮ ਇਸੇ ਤਰ੍ਹਾਂ ਸਾਫ਼ ਰਹੇਗਾ ਹਾਲਾਂਕਿ ਲੋਕ ਮਾਰਚ ਮਹੀਨੇ ਦੇ ਇਹਨਾਂ ਦਿਨਾਂ ਦੇ ਵਿੱਚ ਪੈ ਰਹੀ ਠੰਡ ਤੋਂ ਬਹੁਤ ਹੈਰਾਨ ਨੇ ਆਮ ਤੌਰ ਤੇ ਮਾਰਚ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਲੋਕ ਗਰਮੀ ਮਹਿਸੂਸ ਕਰਨ ਲੱਗ ਜਾਂਦੇ ਨੇ ਰਜਾਈਆਂ ਕੰਬਲ ਤੇ ਕੋਟੀਆਂ ਸਵੈਟਰ ਸਾਰੇ ਸਾਮ ਦਿੱਤੇ ਜਾਂਦੇ ਨੇ ਪਰ ਐਤਕੀ ਤਾਂ ਠੰਡ ਜਾਣ ਦਾ ਨਾਮ ਹੀ ਨਹੀਂ ਲੈ ਰਹੀ ਤੇ ਠੰਡ ਨੂੰ ਪਸੰਦ ਕਰਨ ਵਾਲੇ ਲੋਕ ਇਸ ਨੂੰ ਬਹੁਤ ਚੰਗਾ ਦੱਸ ਰਹੇ ਨੇ ਕਿਉਂਕਿ ਗਰਮੀ ਤਾਂ ਜ਼ਿਆਦਾ ਮਹੀਨੇ ਪੈਂਦੀ ਪੈਂਦੀ ਹੈ ਠੰਡ ਜਿੰਨੀ ਵੱਧ ਜਾਵੇ ਉਨਾ ਹੀ ਚੰਗਾ ਹੈ ਹਾਲਾਂਕਿ ਪਰਸੋਂ ਦੇ ਮੁਕਾਬਲੇ ਕੱਲ ਦੇ ਤਾਪਮਨ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਪੰਜਾਬ ਦਾ ਤਾਪਮਨ ਕੱਲ 2.9 ਡਿਗਰੀ ਵਧਿਆ ਅਤੇ ਗੁਆਂਢੀ ਸੂਬੇ ਹਰਿਆਣਾ ਦਾ ਤਾਪਮਨ 1.6 ਡਿਗਰੀ ਵਧਿਆ ਹੈ हिमाचल ਦੇ ਵਿੱਚ ਵੀ ਮੌਸਮ ਕੱਲ ਤੱਕ ਸਾਫ਼ ਰਹਿਣ ਦੀ ਭਵਿੱਖਬਾਣੀ ਹੈ ਪਰਸੋਂ 10 ਮਾਰਚ ਤੋਂ ਪੱਛਮੀ ਗੜਬੜੀ ਮੋੜ ਨਜ਼ਰ ਆ ਸਕਦੀ ਹੈ ਸ਼ਿਮਲਾ ਕੁਲੂ ਲਾਹੌਲ ਸਪਤੀ ਕੇ ਨੌਰ ਤੇ ਚੰਬਾ ਦੇ ਵਿੱਚ ਬਰਫਬਾਰਿਸ਼ ਦੀ ਸੰਭਾਵਨਾ ਹੈ ਮੱਧ ਪ੍ਰਦੇਸ਼ ਦੇ ਵਿੱਚ ਮੌਸਮ ਅਗਲੇ 4 ਦਿਨ ਸਾਫ਼ ਰਹੇਗਾ ਪੱਛਮੀ ਗੜਬੜੀ ਦਾ ਕੋਈ ਜ਼ਿਆਦਾ ਅਸਰ ਵਿਖ ਨੂੰ ਨਹੀਂ ਮਿਲੇਗਾ ਹਵਾਵਾਂ ਠੰਡੀਆਂ ਚੱਲਣਗੀਆਂ ਰਾਜਸਥਾਨ ਦੇ ਵਿੱਚ ਮੌਸਮ ਮੂੜ ਤੋਂ ਪਲਟਿਆ ਹੈ ਅਗਲੇ ਹਫ਼ਤੇ ਕਈ ਇਲਾਕਿਆਂ ਦੇ ਵਿੱਚ ਮੀਂਹ ਪਵੇਗਾ 13 ਤੇ 14 ਮਾਰਚ ਨੂੰ ਬੱਦਲ ਛਾਈ ਰਹਿਣਗੇ ਜ਼ਬਰਦਸਤ ਮੀਂਹ ਨਾਲ ਮੌਸਮ ਫਿਰ ਠੰਡਾ ਹੋ ਜਾਊਗਾ